ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਪਿਆਰੇ ਬੱਚਿਓ, ਆਓ ਅੱਜ ਆਪਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਸਾਖੀਆਂ ਬਾਰੇ ਵਿਚਾਰ ਸਾਂਝੇ ਕਰਦੇ ਹਾਂ। ਬਾਬਾ ਜੀ, ਗੁਰੂ ਨਾਨਕ ਦੇਵ ਜੀ ਕੌਣ ਸਨ? ਪਿਆਰੇ ਬੱਚਿਓ, ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਸਨ, ਜਿਨ੍ਹਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ ਅਤੇ ਉਹਨਾਂ ਨੇ ਸੰਸਾਰ ਦੇ ਅੰਦਰ ਆ ਕੇ ਬੜੇ ਵੱਡੇ ਵੱਡੇ ਪਾਪੀ ਅਤੇ ਜ਼ਾਲਮਾਂ ਨੂੰ ਉਸ ਅਕਾਲ ਪੁਰਖ ਨਿਰੰਕਾਰ ਦੇ ਨਾਲ ਜੋੜਿਆ। ਬਾਬਾ ਜੀ, ਗੁਰੂ ਨਾਨਕ ਦੇਵ ਜੀ ਦੀ ਕੋਈ ਸਾਖੀ ਸੁਣਾਓ। ਪਿਆਰੇ ਬੱਚਿਓ, ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦੀਆਂ ਬਹੁਤ ਸਾਖੀਆਂ ਨੇ। ਪਹਿਲੀ ਸਾਖੀ ਆਪਾਂ ਜੋ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਬਹੁਤ ਵੱਡਾ ਕੌਤਕ ਕੀਤਾ, ਉਸ ਸਾਖੀ ਨੂੰ ਆਪਾਂ ਸਰਵਣ ਕਰਦੇ ਹਾਂ। ਗੁਰੂ ਨਾਨਕ ਪਾਤਸ਼ਾਹ ਜੋ ਕਿ ਨਿਰੰਕਾਰ ਦੇ ਰੂਪ ਨੇ, ਉਸ ਅਕਾਲ ਪੁਰਖ ਪਰਮਾਤਮਾ ਦਾ ਸਰੂਪ ਹਨ। ਜਦੋਂ ਪਿਤਾ ਜੀ ਨੇ ਉਹਨਾਂ ਨੂੰ ਕੋਈ ਕੰਮ ਕਾਰ ਕਰਨ ਵਾਸਤੇ ਆਖਿਆ, ਪਿਤਾ ਜੀ ਕਹਿਣ ਲੱਗੇ, ਬੇਟਾ ਨਾਨਕ, ਤੁਸੀਂ ਆਪਣੀਆਂ ਗਾਵਾਂ ਮੱਝਾਂ ਨੂੰ ਲੈ ਕੇ ਜੰਗਲ ਦੇ ਜੂਹ ਵਿੱਚ ਚਾਰ ਲਿਆਇਆ ਕਰੋ। ਗੁਰੂ ਨਾਨਕ ਪਾਤਸ਼ਾਹ ਨੇ ਪਿਤਾ ਜੀ ਦਾ ਇਹ ਹੁਕਮ ਪ੍ਰਵਾਨ ਕੀਤਾ ਅਤੇ ਅਗਲੇ ਦਿਨ ਤੋਂ ਹੀ ਆਪਣੀਆਂ ਗਾਵਾਂ ਮੱਝਾਂ ਨੂੰ ਲੈ ਕੇ ਜੰਗਲ ਦੇ ਵਿੱਚ ਜਾਣ ਦਾ ਕੰਮ ਸ਼ੁਰੂ ਕਰ ਦਿੱਤਾ। ਤਿੰਨ ਚਾਰ ਦਿਨ ਇਹ ਕੰਮ ਠੀਕ ਠਾਕ ਚੱਲਦਾ ਰਿਹਾ, ਪਰ ਕੁਛ ਦਿਨ ਤੋਂ ਬਾਅਦ ਇੱਕ ਦਿਨ ਜਦੋਂ ਗੁਰੂ ਨਾਨਕ ਪਾਤਸ਼ਾਹ ਆਪਣੀਆਂ ਗਾਵਾਂ ਮੱਝਾਂ ਨੂੰ ਲੈ ਕੇ ਜੰਗਲ ਦੇ ਵਿੱਚ ਗਏ, ਮੱਝਾਂ ਚਰ ਰਹੀਆਂ ਸਨ, ਪਰ ਗੁਰੂ ਨਾਨਕ ਪਾਤਸ਼ਾਹ ਜੋ ਉਸ ਨਿਰੰਕਾਰ ਦਾ ਰੂਪ ਹਨ, ਉਸ ਅਕਾਲ ਪੁਰਖ ਪਰਮਾਤਮਾ ਦੀ ਜੋਤ ਹਨ, ਉਹ ਇੱਕ ਥਾਂ ਬੈਠ ਕੇ ਇਕਾਗਰ ਮਨ ਹੋ ਗਏ। ਉਹਨਾਂ ਦਾ ਚਿੱਤ ਉਸ ਨਿਰੰਕਾਰ ਦੇ ਚਰਨਾਂ ਦੇ ਵਿੱਚ ਜੁੜ ਗਿਆ। ਇਤਨੇ ਇਕਾਗਰ ਹੋਏ, ਕਾਫੀ ਸਮਾਂ ਬੀਤ ਗਿਆ। ਉੱਧਰ ਜੋ ਗਾਵਾਂ ਮੱਝਾਂ ਸਨ, ਉਹ ਲਾਗੇ ਹੀ ਇੱਕ ਜ਼ਿਮੀਂਦਾਰ ਦੇ ਖੇਤ ਦੇ ਵਿੱਚ ਜਾ ਵੜੀਆਂ, ਜਿਨ੍ਹਾਂ ਨੇ ਜ਼ਿਮੀਂਦਾਰ ਦੀ ਫਸਲ ਦਾ ਬਹੁਤ ਨੁਕਸਾਨ ਕੀਤਾ। ਕੁਝ ਮੂੰਹ ਨਾਲ ਚਰ ਲਈ, ਕੁਝ ਲੱਤਾਂ ਪੈਰਾਂ ਨਾਲ ਲਤਾੜ ਦਿੱਤੀ। ਇਤਨੇ ਨੂੰ ਖੇਤ ਦਾ ਮਾਲਕ ਆਣ ਪਹੁੰਚਿਆ। ਆ ਕੇ ਉਸਨੇ ਦੇਖਿਆ ਕਿ ਮੇਰੀ ਤੇ ਸਾਰੀ ਫਸਲ ਦਾ ਨੁਕਸਾਨ ਕਰ ਦਿੱਤਾ। ਉਸਨੇ ਸਾਰੀਆਂ ਗਾਵਾਂ ਮੱਝਾਂ ਨੂੰ
ਇਕੱਠੇ ਕੀਤਾ ਤੇ ਰਾਏ ਬੁਲਾਰ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ। ਰਾਏ ਜੀ, ਤੁਹਾਡੇ ਪਟਵਾਰੀ ਦੇ ਲੜਕੇ ਨੇ ਤੇ ਮੇਰੀ ਫਸਲ ਦਾ ਨੁਕਸਾਨ ਹੀ ਕਰਾ ਦਿੱਤਾ, ਮੇਰੀ ਤੇ ਸਾਰੀ ਫਸਲ ਹੀ ਉਜਾੜ ਦਿੱਤੀ ਹੈ। ਮੇਰੇ ਸਾਰੇ ਖੇਤ ਦੇ ਵਿੱਚ ਆਪਣੀਆਂ ਮੱਝਾਂ ਨੂੰ ਵਾੜ ਕੇ ਮੇਰੀ ਸਾਰੀ ਫਸਲ ਖਤਮ ਕਰਾ ਦਿੱਤੀ। ਮੈਨੂੰ ਇਸ ਫਸਲ ਦਾ ਹਰਜਾਨਾ ਦਿਵਾਇਆ ਜਾਏ। ਇਤਨੇ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਰਾਏ ਜੀ, ਇਹਨਾਂ ਦੀ ਫਸਲ ਦਾ ਕੋਈ ਨੁਕਸਾਨ ਹੋਇਆ ਹੋਵੇਗਾ, ਅਸੀਂ ਹਰਜਾਨਾ ਭਰ ਦੇਵਾਂਗੇ। ਇਹਨਾਂ ਦੀ ਫਸਲ ਦਾ ਕੋਈ ਨੁਕਸਾਨ ਨਹੀਂ ਹੋਇਆ, ਇਹਨਾਂ ਦੀ ਫਸਲ ਤਾਂ ਇਸੇ ਤਰ੍ਹਾਂ ਹਰੀ ਭਰੀ ਹੈ। ਵਿਸ਼ਵਾਸ ਨਹੀਂ ਹੁੰਦਾ ਤਾਂ ਕਿਸੇ ਬੰਦੇ ਨੂੰ ਭੇਜ ਕੇ ਆਪ ਜੀ ਉਸਦਾ ਧਿਆਨ ਕਰਾ ਸਕਦੇ ਹੋ। ਜਦੋਂ ਰਾਏ ਜੀ ਨੇ ਇੱਕ ਬੰਦੇ ਨੂੰ ਭੇਜਿਆ ਤੇ ਕੀ ਦੇਖਿਆ ਕਿ ਫਸਲ ਇਸੇ ਤਰ੍ਹਾਂ ਹਰੀ ਭਰੀ ਹੈ। ਵੇਖੋ ਇਹ ਕਰਤਾਰ ਦੀ ਕਰਨੀ, ਉਸ ਅਕਾਲ ਪੁਰਖ ਪਰਮਾਤਮਾ ਦੇ ਰੰਗ ਜੋ ਗੁਰੂ ਨਾਨਕ ਪਾਤਸ਼ਾਹ ਨਿਰੰਕਾਰ ਦਾ ਰੂਪ ਨੇ, ਉਹਨਾਂ ਦੇ ਜੀਵਨ ਦਾ ਇਹ ਕੌਤਕ। ਇਹ ਉਹੀ ਗੁਰਦੁਆਰਾ ਹੈ ਜਿਸ ਦੇ ਆਪਾਂ ਦਰਸ਼ਨ ਕਰ ਰਹੇ ਹਾਂ। ਇੱਥੇ ਹੀ ਗੁਰੂ ਨਾਨਕ ਪਾਤਸ਼ਾਹ ਜੀ ਮੱਝਾਂ ਨੂੰ ਚਾਰਨ ਲਿਆਇਆ ਕਰਦੇ ਸਨ। ਇਹ ਉਹੀ ਜਗ੍ਹਾ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਦੀਆਂ ਮੱਝਾਂ ਨੇ ਜ਼ਿਮੀਂਦਾਰ ਦੀ ਖੇਤੀ ਦਾ ਨੁਕਸਾਨ ਕੀਤਾ ਸੀ ਅਤੇ ਕਰਤਾਰ ਨੇ ਉਸ ਖੇਤੀ ਨੂੰ ਹਰੀ ਭਰੀ ਕਰ ਦਿੱਤਾ ਸੀ। ਇਹ ਉਹੀ ਜਗ੍ਹਾ ਹੈ ਜਿੱਥੇ ਅੱਜ ਹਰ ਰੋਜ਼ ਉਸ ਅਕਾਲ ਪੁਰਖ ਪਰਮਾਤਮਾ ਦੀ ਆਰਾਧਨਾ ਹੁੰਦੀ ਹੈ, ਉਸ ਨਿਰੰਕਾਰ ਦੇ ਗੁਣਾਂ ਨੂੰ ਗਾਇਨ ਕੀਤਾ ਜਾਂਦਾ ਹੈ। ਬਾਬਾ ਜੀ, ਗੁਰੂ ਨਾਨਕ ਦੇਵ ਜੀ ਦੀ ਸੱਚੇ ਸੌਦੇ ਵਾਲੀ ਸਾਖੀ ਸੁਣਾਓ। ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਪਿਆਰੇ ਬੱਚਿਓ, ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਥੋੜ੍ਹੇ ਵੱਡੇ ਹੋਏ, ਪਿਤਾ ਜੀ ਨੇ ਸੋਚਿਆ ਕਿ ਹੁਣ ਨਾਨਕ ਜੀ ਵੱਡੇ ਹੋ ਗਏ ਹਨ, ਇਹਨਾਂ ਨੂੰ ਕਿਸੇ ਕਾਰ ਵਿਹਾਰ ਦੇ ਵਿੱਚ ਲਾਇਆ ਜਾਏ ਤਾਂ ਕਿ ਇਹਨਾਂ ਦਾ ਚਿੱਤ ਵੀ ਕਿਸੇ ਕੰਮ ਦੇ ਵਿੱਚ ਲੱਗ ਜਾਏ ਅਤੇ ਘਰ ਦਾ ਵੀ ਕੋਈ ਕੰਮ ਸੌਰ ਜਾਵੇਗਾ। ਪਿਤਾ ਜੀ ਨੇ ਸੋਚਿਆ ਇਹਨਾਂ ਨੂੰ ਕਿਸੇ ਵਪਾਰ ਦੇ ਵਿੱਚ ਲਾਇਆ ਜਾਏ, ਕੋਈ ਖਰਾ ਸੌਦਾ ਕਰਨ ਵਾਸਤੇ ਇਹਨਾਂ ਨੂੰ ਬਾਹਰ ਭੇਜਿਆ ਜਾਏ। ਪਿਤਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਨੂੰ 20 ਰੁਪਈਏ ਦਿੱਤੇ। ਬੇਟਾ, ਇਹ 20 ਰੁਪਈਏ ਲੈ ਕੇ ਤੁਸੀਂ ਜਾਓ, ਕੋਈ ਖਰਾ ਸੌਦਾ ਕਰਕੇ ਲਿਆਓ, ਜਿਸ ਦਾ ਕੋਈ ਚੰਗਾ ਲਾਭ ਹੋਵੇ। ਗੁਰੂ ਨਾਨਕ ਪਾਤਸ਼ਾਹ ਨੇ ਪਿਤਾ ਜੀ ਦਾ ਇਹ ਹੁਕਮ ਪ੍ਰਵਾਨ ਕੀਤਾ। 20 ਰੁਪਈਏ ਲੈ ਕੇ ਚੋਹੜਕਾਣੇ ਵੱਲੋਂ ਚੱਲ ਪਏ। ਅਜੇ ਪਿੰਡ ਤੋਂ ਕੁਝ ਦੂਰ ਹੀ ਪਹੁੰਚੇ ਸਨ ਕਿ ਦੇਖਿਆ ਕਿ ਰਸਤੇ ਦੇ ਵਿੱਚ
ਇੱਕ ਭੁੱਖੇ ਨੰਗੇ ਸਾਧੂਆਂ ਦਾ ਟੋਲਾ ਬੈਠਾ ਹੋਇਆ ਹੈ। ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਦੇਖਿਆ ਤੇ ਮਨ ਦੇ ਵਿੱਚ ਸੋਚਣ ਲੱਗ ਪਏ, ਪਿਤਾ ਜੀ ਨੇ ਆਖਿਆ ਸੀ ਕੋਈ ਖਰਾ ਸੌਦਾ ਕਰਨਾ, ਕੋਈ ਇਹੋ ਜਿਹਾ ਵਪਾਰ ਕਰਨਾ ਜਿਸ ਦਾ ਬਹੁਤ ਲਾਭ ਹੋਵੇ। ਕਹਿੰਦੇ ਜੇ ਇਹਨਾਂ ਨੂੰ ਲੰਗਰ ਛਕਾ ਦਿੱਤਾ ਜਾਏ, ਇਹਨਾਂ ਦੀ ਸੇਵਾ ਕੀਤੀ ਜਾਏ, ਇਸ ਤੋਂ ਵਧੀਆ ਹੋਰ ਖਰਾ ਸੌਦਾ ਕੀ ਹੋਵੇਗਾ। ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ 20 ਰੁਪਈਆਂ ਦਾ ਜੋ ਪਿਤਾ ਜੀ ਨੇ ਦਿੱਤੇ ਸਨ, ਉਹਨਾਂ ਭੁੱਖੇ ਨੰਗੇ ਸਾਧੂਆਂ ਨੂੰ ਲੰਗਰ ਛਕਾ ਦਿੱਤਾ ਤੇ ਕੱਪੜੇ ਪਵਾ ਦਿੱਤੇ। ਇਹ ਖਰਾ ਸੌਦਾ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ। ਇਹ ਉਹੀ ਗੁਰਦੁਆਰਾ ਹੈ ਜਿਸ ਦੇ ਆਪਾਂ ਦਰਸ਼ਨ ਕਰ ਰਹੇ ਹਾਂ। ਇੱਥੇ ਹੀ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਭੁੱਖੇ ਨੰਗੇ ਸਾਧੂਆਂ ਨੂੰ 20 ਰੁਪਈਏ ਦਾ ਲੰਗਰ ਛਕਾਇਆ ਸੀ। ਇਹ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਹੈ ਕਿ ਇਸ ਗੁਰਦੁਆਰੇ ਹਰ ਰੋਜ਼ ਉਸ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਹੁੰਦੀ ਹੈ। ਉਸ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਗਾਇਨ ਕੀਤਾ ਜਾਂਦਾ ਹੈ ਅਤੇ ਬਖਸ਼ਿਸ਼ ਉਹਨਾਂ 20 ਰੁਪਈਆਂ ਦੀ ਜੋ ਗੁਰੂ ਨਾਨਕ ਪਾਤਸ਼ਾਹ ਨੇ ਖਰਾ ਸੌਦਾ ਕੀਤਾ ਸੀ, ਉਹਨਾਂ 20 ਰੁਪਈਆਂ ਦਾ ਲੰਗਰ ਛਕਾਇਆ ਸੀ, ਅੱਜ ਵੀ ਉਹਨਾਂ 20 ਰੁਪਈਆਂ ਦਾ ਲੰਗਰ ਸਾਰੇ ਸੰਸਾਰ ਦੇ ਵਿੱਚ ਚੱਲ ਰਿਹਾ ਹੈ। ਇਸ ਗੁਰਦੁਆਰੇ ਹਰ ਰੋਜ਼ ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ। ਇਹ ਉਹੀ ਗੁਰਦੁਆਰਾ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਖਰਾ ਸੌਦਾ ਕੀਤਾ ਸੀ। ਇਹ ਉਹੀ ਝਾੜੀਆਂ ਹਨ, ਇਹ ਉਹੀ ਬੇਰ ਨੇ ਜਿੱਥੇ ਉਹ ਭੁੱਖੇ ਨੰਗੇ ਸਾਧੂ ਬੈਠੇ ਹੋਏ ਸਨ, ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਭੁੱਖੇ ਨੰਗੇ ਸਾਧੂਆਂ ਨੂੰ ਇਹ ਲੰਗਰ ਛਕਾਇਆ ਸੀ। ਇਹ ਉਹੀ ਅਸਥਾਨ ਹੈ। ਤਨ ਨਾਨਕ ਤੇਰੀ ਵੱਡੀ ਕਮਾਈ, 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 ਤਨ ਨਾਨਕ ਤੇਰੀ ਵੱਡੀ ਕਮਾਈ। ਸਿੱਧ ਬੋਲਣ ਸ਼ੁਭ ਬਚਨ, ਸਿੱਧ ਬੋਲਣ ਸ਼ੁਭ ਬਚਨ, ਤਨ ਨਾਨਕ ਤੇਰੀ ਵੱਡੀ ਕਮਾਈ, 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 ਤਨ ਨਾਨਕ ਤੇਰੀ ਵੱਡੀ ਕਮਾਈ।
ਧੰਨ ਨਾਨਕ ਤੇਰੀ ਵੱਡੀ ਕਮਾਈ। ਵੱਡਾ ਪੁਰਖ ਪ੍ਰਗਟਿਆ, ਵੱਡਾ ਪੁਰਖ ਪ੍ਰਗਟਿਆ, ਕਲ ਯੁਗ ਅੰਦਰ ਜੋਤ ਜਗਾਈ, ਕਲ ਯੁਗ ਅੰਦਰ ਜੋਤ ਜਗਾਈ। ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਬਾਬੇ ਕੀਤੀ ਸਿੱਧ ਗੋਸ਼ਟ, ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸਾਂਤ ਸੇਦਾ ਵਿੱਚ ਆਈ, ਸ਼ਬਦ ਸਾਂਤ ਸੇਦਾ ਵਿੱਚ ਆਈ। ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਬਾਬਾ ਜੀ ਗੁਰੂ ਨਾਨਕ ਦੇਵ ਜੀ ਦੀ ਸਭ ਦੀ ਇੱਛਾ ਵਾਲੀ ਸਾਖੀ ਸੁਣਾਓ। ਪਿਆਰੇ ਬੱਚਿਓ, ਸੱਪ ਦੀ ਛਾਂ ਵਾਲੀ ਸਾਖੀ ਇਹ ਬਹੁਤ ਵੱਡਾ ਕੌਤਕ ਹੈ, ਬਹੁਤ ਵੱਡਾ ਅਸ਼ਚਰਜ ਹੈ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਹਰ ਰੋਜ਼ ਦੀ ਤਰ੍ਹਾਂ ਗਾਵਾਂ ਮੱਝਾਂ ਨੂੰ ਲੈ ਕੇ ਜੰਗਲ ਦੇ ਵਿੱਚ ਚਾਰਨ ਜਾਇਆ ਕਰਦੇ ਸਨ, ਇੱਕ ਦਿਨ ਵਿਸਾਖ ਮਹੀਨੇ ਦੀ ਦੁਪਹਿਰ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਦਰਖਤ ਦੇ ਹੇਠਾਂ ਆਰਾਮ ਕਰ ਰਹੇ ਸਨ ਅਤੇ ਗਾਵਾਂ ਮੱਝਾਂ ਜੂਹ ਵਿੱਚ ਚਰ ਰਹੀਆਂ ਸਨ, ਸੂਰਜ ਢਲਣ ਦਾ ਸਮਾਂ ਹੋਇਆ। ਸੂਰਜ ਢਲਣ ਦੇ ਨਾਲ ਨਾਲ ਦਰਖਤ ਦੀ ਛਾਂ ਵੀ ਢਲਣ ਲੱਗ ਪਈ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਮੁੱਖ 'ਤੇ ਧੁੱਪ ਆ ਗਈ। ਕਮਲ ਵਰਗਾ ਮੁੱਖੜਾ ਗੁਰੂ ਨਾਨਕ ਪਾਤਸ਼ਾਹ ਦਾ ਜਦੋਂ ਉਸ 'ਤੇ ਧੁੱਪ ਪਈ
ਤੇ ਉੱਥੋਂ ਇੱਕ ਸੱਪ ਨਿਕਲਿਆ। ਉਸਨੇ ਗੁਰੂ ਨਾਨਕ ਪਾਤਸ਼ਾਹ ਦੇ ਮੁਖ ਤੇ ਛਾਂ ਕਰ ਲਈ। ਦੇਵ ਨੇ ਉਸ ਸਮੇਂ ਰਾਏ ਬੁਲਾਰ ਸ਼ਿਕਾਰ ਖੇਡ ਕੇ ਵਾਪਸ ਆ ਰਿਹਾ ਸੀ, ਸਾਥੀ ਉਸਦੇ ਨਾਲ ਸਨ। ਉਸਨੇ ਕੀ ਦੇਖਿਆ ਕਿ ਪਟਵਾਰੀ ਦਾ ਲੜਕਾ ਨਾਨਕ ਦੇ ਮੁਖ ਤੇ ਸੱਪ ਨੇ ਛਾਂ ਕੀਤੀ ਹੋਈ ਹੈ। ਉਹ ਬੜਾ ਹੈਰਾਨ ਹੋਇਆ। ਉਸਦੇ ਮਨ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਵਾਸਤੇ ਬੜਾ ਪਿਆਰ ਤੇ ਸਤਿਕਾਰ ਪੈਦਾ ਹੋਇਆ। ਉਸਨੇ ਦੇਖਿਆ ਇਹ ਤੇ ਉਸ ਅਕਾਲ ਪੁਰਖ ਪਰਮਾਤਮਾ ਦਾ ਰੂਪ ਹਨ, ਇਹ ਤੇ ਉਸ ਨਿਰੰਕਾਰ ਦੀ ਹੀ ਜੋਤ ਹਨ ਜਿਨ੍ਹਾਂ ਦੇ ਮੁਖ ਤੇ ਸੱਪ ਨੇ ਵੀ ਛਾਂ ਕੀਤੀ ਹੋਈ ਸੀ। ਉਸਨੇ ਗੁਰੂ ਨਾਨਕ ਪਾਤਸ਼ਾਹ ਨੂੰ ਆਪਣੇ ਮਨ ਦੇ ਵਿੱਚ ਨਮਸਕਾਰ ਕੀਤੀ, ਆਪਣੇ ਮਨ ਦੇ ਵਿੱਚ ਬੜਾ ਸਤਿਕਾਰ ਕੀਤਾ। ਇਹ ਉਹੀ ਗੁਰਦੁਆਰਾ ਹੈ ਜਿਸ ਦੇ ਆਪਾਂ ਦਰਸ਼ਨ ਕਰ ਰਹੇ ਹਾਂ ਕਿ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਇਸ ਦਰਖਤ ਦੇ ਹੇਠਾਂ ਆਰਾਮ ਕਰ ਰਹੇ ਸਨ ਅਤੇ ਸੱਪ ਨੇ ਛਾਂ ਕੀਤੀ ਸੀ, ਇਹ ਉਹੀ ਗੁਰਦੁਆਰਾ ਹੈ। ਬਾਬਾ ਜੀ, ਗੁਰੂ ਨਾਨਕ ਦੇਵ ਜੀ ਨੇ ਮੋਦੀਖਾਨੇ ਵਿੱਚ ਕਿਵੇਂ 13-13 ਕਰਕੇ ਤੋਲਿਆ? ਪਿਆਰੇ ਬੱਚਿਓ, ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਪਰਮਾਤਮਾ ਦੀ ਆਰਾਧਨਾ ਕੀਤੀ, ਉਸ ਨਿਰੰਕਾਰ ਦਾ ਸਿਮਰਨ ਕੀਤਾ ਅਤੇ ਸੰਸਾਰ ਦੇ ਕੰਮ ਕਾਜ ਵੀ ਸਾਰੇ ਕੀਤੇ ਨੇ। ਇਹ 13-13 ਗੁਰੂ ਨਾਨਕ ਪਾਤਸ਼ਾਹ ਜੀ ਕੰਮ ਤੇ ਸੰਸਾਰੀ ਕਰਦੇ ਸਨ, ਪਰ ਧਿਆਨ ਉਸ ਅਕਾਲ ਪੁਰਖ ਨਿਰੰਕਾਰ ਦੇ ਵਿੱਚ ਹੁੰਦਾ ਸੀ। ਗੁਰੂ ਨਾਨਕ ਪਾਤਸ਼ਾਹ ਜਦੋਂ ਨਵਾਬ ਦੌਲਤ ਖਾਨ ਦੇ ਕੋਲ ਮੋਦੀਖਾਨੇ ਦੇ ਵਿੱਚ ਨੌਕਰੀ ਕਰਦੇ ਸਨ ਅਤੇ ਲੋਕਾਂ ਨੂੰ ਰਸਦ ਵੰਡਦੇ ਸੀ ਅਤੇ ਤੋਲਦੇ ਸਨ ਗੁਰੂ ਨਾਨਕ ਪਾਤਸ਼ਾਹ ਜੀ, ਅਤੇ ਤੋਲਦਿਆਂ ਜਦੋਂ ਗਿਣਤੀ ਦੇ ਵਿੱਚ 13 'ਤੇ ਪਹੁੰਚਦੇ ਸਨ, ਉਹਨਾਂ ਦਾ ਚਿੱਤ ਉਸ 13 ਉਸ ਨਿਰੰਕਾਰ ਦੇ ਨਾਲ ਜੁੜ ਜਾਂਦਾ ਸੀ। ਮਨ ਦੇ ਵਿੱਚ ਹੁੰਦਾ ਸੀ ਇਹ ਸਭ ਕੁਛ ਜੋ ਮੈਂ ਇਹ ਰਾਸ਼ਨ ਵੰਡ ਰਿਹਾ ਹਾਂ ਇਹ ਸਭ 13 ਹੈ। 13-13 ਕਹਿ ਕੇ ਸਾਰਾ ਖਲਕਤ ਦੇ ਵਿੱਚ ਵੰਡ ਦਿੰਦੇ ਸਨ। ਇਹ ਕਾਰ ਵਿਹਾਰ ਜਦੋਂ ਇਸ ਤਰ੍ਹਾਂ ਚੱਲਦਾ ਰਿਹਾ, ਕੁਝ ਲੋਕਾਂ ਨੇ ਦੌਲਤ ਖਾਨ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ ਕਿ ਗੁਰੂ ਨਾਨਕ ਪਾਤਸ਼ਾਹ ਜੀ 13-13 ਕਰਕੇ ਬਹੁਤ ਜ਼ਿਆਦਾ ਰਾਸ਼ਨ ਵੰਡੇ ਜਾਂਦੇ ਨੇ, ਇਸ ਤਰ੍ਹਾਂ ਤੇ ਮੋਦੀਖਾਨਾ ਖਾਲੀ ਹੋ ਜਾਵੇਗਾ। ਜਦੋਂ ਲੇਖਾ ਜੋਖਾ ਹੁੰਦਾ ਉਦੋਂ ਮੋਦੀਖਾਨੇ ਦੇ ਵਿੱਚ ਰਸਦ ਵੀ ਪੂਰੀ ਨਿਕਲਦੀ ਸੀ। ਈਰਖਾਵਾਦੀ ਲੋਕ ਇਸ ਨੂੰ ਦੇਖ ਕੇ ਬੜੇ ਹੈਰਾਨ ਹੁੰਦੇ ਸਨ
ਕਿ ਜਦੋਂ ਲੇਖਾ ਜੋਖਾ ਹੋਣਾ, ਰਾਸ਼ਨ ਵੀ ਸਟੋਰ ਦੇ ਵਿੱਚ ਮੋਦੀਖਾਨੇ ਦੇ ਵਿੱਚ ਪੂਰਾ ਹੋਣਾ, ਅਤੇ ਗੁਰੂ ਨਾਨਕ ਪਾਤਸ਼ਾਹ ਨੇ ਤੇਰਾ ਤੇਰਾ ਕਰਕੇ ਲੋਕਾਂ ਦੇ ਵਿੱਚ ਜੋ ਕੁਝ ਰਾਸ਼ਨ ਵੰਡਿਆ, ਉਹ ਰਾਸ਼ਨ ਘੱਟ ਵੀ ਨਾ ਹੋਣਾ, ਇਹ ਗੁਰੂ ਨਾਨਕ ਪਾਤਸ਼ਾਹ ਦੀ ਸੁਰਤ, ਇਹ ਗੁਰੂ ਨਾਨਕ ਪਾਤਸ਼ਾਹ ਦਾ ਧਿਆਨ ਜੋ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜਿਆ ਹੋਇਆ ਸੀ। ਇਹ ਇੱਕ ਸਿਧਾਂਤ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ ਕਿ ਉਸ ਦਾਤੇ ਨੇ ਜੋ ਕੁਝ ਦਿੱਤਾ ਹੈ, ਉਸ ਕਰਤੇ ਪੁਰਖ ਨੇ ਜੋ ਕੁਝ ਦਿੱਤਾ ਹੈ, ਉਸੇ ਦਾ ਸਮਝ ਕੇ ਇਸ ਖਲਕਤ ਦੇ ਵਿੱਚ ਵੰਡ ਦੇਈਏ, ਇਸ ਸੰਸਾਰ ਦੇ ਵਿੱਚ ਵੰਡ ਦੇਈਏ। ਇਹੀ ਸਭ ਤੋਂ ਵੱਡੀ ਦਾਤ ਹੈ। ਦੌਲਤ ਦੌਲਤ ਖਾਨ ਦਾ ਪਿਆਰ, ਦੌਲਤ ਖਾਨ ਦੇ ਮਨ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਵਾਸਤੇ ਬਹੁਤ ਸਤਿਕਾਰ ਪੈਦਾ ਹੋਇਆ। ਇਹ ਉਹੀ ਗੁਰਦੁਆਰਾ ਹੈ ਜਿਸ ਗੁਰਦੁਆਰੇ ਦੇ ਆਪਾਂ ਦਰਸ਼ਨ ਕਰ ਰਹੇ ਹਾਂ। ਇੱਥੇ ਹੀ ਗੁਰੂ ਨਾਨਕ ਪਾਤਸ਼ਾਹ ਜੀ ਤੱਕੜੀ ਦੇ ਵਿੱਚ ਤੇਰਾ ਤੇਰਾ ਕਰਕੇ ਤੋਲਦੇ ਸਨ, ਖਲਕਤ ਦੀ ਸੇਵਾ ਕਰਦੇ ਸਨ। ਇਹ ਉਹੀ ਗੁਰਦੁਆਰਾ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਮੋਦੀਖਾਨੇ ਦੇ ਵਿੱਚ ਨੌਕਰੀ ਕੀਤੀ। ਇਹ ਉਹੀ ਵੱਟ ਨੇ ਜਿਨ੍ਹਾਂ ਵੱਟਿਆਂ ਨਾਲ ਗੁਰੂ ਨਾਨਕ ਪਾਤਸ਼ਾਹ ਤੱਕੜੀ ਦੇ ਵਿੱਚ ਧਰ ਕੇ ਰਾਸ਼ਨ ਤੋਲ ਕੇ ਲੋਕਾਂ ਨੂੰ ਦਿੰਦੇ ਸਨ, ਸੰਸਾਰ ਨੂੰ ਰਾਸ਼ਨ ਵੰਡਿਆ, ਅਤੇ ਇੱਕ ਧਿਆਨ ਇਕਾਗਰ ਇਹੋ ਜਿਹੀ ਸੁਰਤ ਦਿੱਤੀ ਕਿ ਮਨੁੱਖ ਉਸ ਤੇਰਾ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜ ਸਕੇ। ਇਹ ਉਹੀ ਅਸਥਾਨ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਮੋਦੀਖਾਨੇ ਦੇ ਵਿੱਚ ਨੌਕਰੀ ਕੀਤੀ ਸੀ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਜੋ ਕਿਛ ਹੈ ਸੋ ਤੇਰਾ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ। ਮੇਰਾ ਮੁਝ ਮੈਂ ਕਿਛ ਨਹੀਂ।
ਮੇਰਾ ਤੁਝਕੋ ਸੌਂਪਤੇ ਕਿਆ ਲਾਗੇ ਮੇਰਾ ਕਿਆ ਲਾਗੇ ਮੇਰਾ ਕਿਆ ਲਾਗੇ ਮੇਰਾ ਮੇਰਾ ਮੁਝ ਮੇਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਜੋ ਕਿਛ ਹੈ ਸੋ ਤੇਰਾ ਮੇਰਾ ਮੁਝ ਮੇਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਜੋ ਕਿਛ ਹੈ ਸੋ ਤੇਰਾ ਮੇਰਾ ਮੁਝ ਮੇਂ ਕਿਛ ਨਹੀਂ ਮੈਂ ਨਹੀਂ ਪ੍ਰਭ ਸਭ ਕਿਛ ਤੇਰਾ ਈਗੇ ਨਿਰਗੁਣ ਹੋਗੇ ਸਰਗੁਣ ਕੇਲ ਕਰਤ ਵਿੱਚ ਸਵਾਮੀ ਮੇਰਾ ਮੇਰਾ ਮੁਝ ਮੇਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਜੋ ਕਿਛ ਹੈ ਸੋ ਤੇਰਾ ਮੇਰਾ ਮੁਝ ਮੇਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਜੋ ਕਿਛ ਹੈ ਸੋ ਤੇਰਾ ਮੇਰਾ ਮੁਝ ਮੇਂ ਕਿਛ ਨਹੀਂ ਬਾਬਾ ਜੀ ਸੱਜਣ ਠੱਗ ਕੌਣ ਸੀ ਪਿਆਰੇ ਬੱਚਿਓ ਸੱਜਣ ਠੱਗ ਇੱਕ ਬਹੁਤ ਵੱਡਾ ਠੱਗ ਸੀ ਜਿਸ ਦਾ ਨਾਂ ਸੀ ਸੱਜਣ ਪਰ ਇਸ ਦੇ ਕਰਮ ਸੀ ਠੱਗਾਂ ਵਾਲੇ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਪਾਕ ਪਟਨ ਤੋਂ ਚੱਲ ਕੇ ਜਦੋਂ ਮੁਲਤਾਨ ਦੇ ਪਿੰਡ ਤੁਲੰਬਾ ਵਿਖੇ ਪਹੁੰਚੇ ਤੇ ਰਸਤੇ ਵਿੱਚ ਉਹਨਾਂ ਨੇ ਇੱਕ ਬਹੁਤ ਵੱਡਾ ਤੇ ਸੋਹਣਾ ਘਰ ਦੇਖਿਆ। ਇਹ ਡੇਰਾ ਉਸੇ ਸੱਜਣ ਦਾ ਸੀ ਜਿਸ ਨੂੰ ਲੋਕ ਸ਼ੇਖ ਕਹਿ ਕੇ ਬੁਲਾਉਂਦੇ ਸਨ। ਇਹ ਡੇਰਾ ਸ਼ੇਖ ਨੇ ਹਰ ਆਏ ਗਏ ਮੁਸਾਫਰ ਦੀ ਸੇਵਾ ਕਰਨ ਵਾਸਤੇ ਬਣਾਇਆ ਹੋਇਆ ਸੀ। ਇਸ ਡੇਰੇ ਵਿੱਚ ਜੋ ਵੀ ਕੋਈ ਆਉਂਦਾ ਉਸਨੂੰ ਖਾਣ ਲਈ ਭੋਜਨ ਮਿਲਦਾ ਸੀ ਅਤੇ ਰਹਿਣ ਲਈ ਉਸਨੂੰ ਜਗ੍ਹਾ ਮਿਲਦੀ ਸੀ। ਰਾਹੀ ਭਾਵੇਂ ਹਿੰਦੂ ਹੋਵੇ ਜਾਂ ਮੁਸਲਮਾਨ ਕਿਸੇ ਨਾਲ ਕੋਈ ਵਿਤਕਰਾ ਨਹੀਂ ਸੀ ਕੀਤਾ ਜਾਂਦਾ। ਸ਼ੇਖ ਨੇ ਇਸ ਡੇਰੇ ਵਿੱਚ ਇੱਕ ਪਾਸੇ ਮੰਦਰ ਅਤੇ ਦੂਜੇ ਪਾਸੇ ਮੁਸਲਮਾਨਾਂ ਲਈ ਮਸੀਤ ਬਣਵਾਈ ਹੋਈ ਸੀ। ਸ਼ੇਖ ਦਿਨ ਵਿੱਚ ਸਾਦਾਂ ਵਾਲੇ ਕੱਪੜੇ ਪਾ ਕੇ ਮਾਲਾ ਫੇਰਦਾ ਰਹਿੰਦਾ ਸੀ ਅਤੇ ਆਏ ਗਏ ਮੁਸਾਫਰ ਦੀ ਦੇਖਭਾਲ ਕਰਦਾ ਸੀ। ਇਸ ਸੇਵਾ ਨੂੰ ਦੇਖ ਕੇ ਹਰ ਮਿਲਣ ਵਾਲਾ
ਉਸ ਨੂੰ ਸੱਜਣ ਕਹਿ ਕੇ ਬੁਲਾਉਂਦਾ ਸੀ। ਉਸ ਦਾ ਅਸਲੀ ਨਾਮ ਲੋਕਾਂ ਦੇ ਵਿੱਚ ਸੱਜਣ ਸੀ। ਸੱਜਣ ਦੀ ਜ਼ਮੀਨ ਕਾਫੀ ਸੀ, ਜਿਸ ਵਿੱਚ ਉਹ ਮਜ਼ਦੂਰਾਂ ਪਾਸੋਂ ਕੰਮ ਕਰਵਾਉਂਦਾ ਸੀ। ਉਸਨੇ ਆਪਣੀ ਆਮਦਨੀ ਦਾ ਇੱਕ ਹੋਰ ਧੰਦਾ, ਜਿਸ ਦਾ ਉਸਦੇ ਹਿੱਸੇਦਾਰਾਂ ਤੋਂ ਬਿਨਾਂ ਹੋਰ ਕਿਸੇ ਨੂੰ ਗਿਆਨ ਨਹੀਂ ਸੀ, ਉਹ ਰਾਤ ਨੂੰ ਆਏ ਰਾਹੀਆਂ ਨੂੰ ਮਾਰ ਕੇ ਉਹਨਾਂ ਦੀਆਂ ਲਾਸ਼ਾਂ ਖੂਹ ਵਿੱਚ ਸੁੱਟ ਦਿੰਦਾ, ਉਹਨਾਂ ਦਾ ਮਾਲ ਹਜ਼ਮ ਕਰ ਜਾਂਦਾ ਸੀ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਉਹ ਸੱਜਣ ਦੇ ਕੋਲ ਪਹੁੰਚੇ, ਸੱਜਣ ਨੇ ਦੇਖਿਆ ਅੱਜ ਤੇ ਬਹੁਤ ਕੋਈ ਵੱਡਾ ਧਨਾੜ ਪੁਰਸ਼ ਆਇਆ ਹੈ, ਬਹੁਤ ਅਮੀਰ ਪੁਰਸ਼ ਆਇਆ ਹੈ। ਉਸਨੇ ਗੁਰੂ ਜੀ ਅਤੇ ਭਾਈ ਮਰਦਾਨੇ ਦੀ ਬਹੁਤ ਸੇਵਾ ਕੀਤੀ। ਗੁਰੂ ਜੀ ਤਾਂ ਮਨਾਂ ਦੀਆਂ ਜਾਣਨ ਵਾਲੇ ਸਨ, ਗੁਰੂ ਜੀ ਤਾਂ ਅੰਤਰਜਾਮੀ ਸਨ, ਉਹਨਾਂ ਪਾਸੋਂ ਕਿਹੜੀ ਗੁੱਝੀ ਚੀਜ਼ ਰਹਿ ਸਕਦੀ ਹੈ। ਗੁਰੂ ਜੀ ਨੇ ਉਸਦੀਆਂ ਜਦੋਂ ਕਾਲੀਆਂ ਕਰਤੂਤਾਂ ਉਸਦੇ ਸਾਥੀਆਂ ਨਾਲ ਬੋਲਚਾਲ ਤੋਂ ਪੜ੍ਹ ਲਈਆਂ ਅਤੇ ਸ਼ਾਮ ਦਾ ਖਾਣਾ ਖਾਣ ਵਾਸਤੇ ਸੱਜਣ ਨੇ ਜਦੋਂ ਬੇਨਤੀ ਕੀਤੀ, ਸਤਿਗੁਰੂ ਆਓ ਪ੍ਰਸ਼ਾਦਾ ਛਕ ਲਈਏ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਸ਼ਾਦਾ ਛਕਣ ਤੋਂ ਇਨਕਾਰ ਕਰ ਦਿੱਤਾ ਅਤੇ ਆਖਿਆ ਸੱਜਣਾ ਅਸੀਂ ਪ੍ਰਸ਼ਾਦਾ ਤੇ ਜ਼ਰੂਰ ਛਕਾਂਗੇ, ਪਰ ਪਹਿਲਾਂ ਆਪਣਾ ਉਹ ਕਰਮ ਤੇ ਕਰ ਲਈਏ, ਆਪਣਾ ਉਹ ਕੰਮ ਤੇ ਕਰ ਲਈਏ ਜਿਸ ਵਾਸਤੇ ਕਰਤਾਰ ਨੇ ਸਾਨੂੰ ਭੇਜਿਆ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਮਰਦਾਨੇ ਨੂੰ ਆਖਿਆ, ਮਰਦਾਨਿਆ ਛੇੜ ਰਬਾ ਬਾਣੀ ਆਈ ਹੈ। ਅਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਸੋਹੇ ਰਾਗ ਦੇ ਅੰਦਰ ਸ਼ਬਦ ਉਚਾਰਨ ਕੀਤਾ, ਸੋਹੇ ਮਹਿਲਾ ਪਹਿਲਾ ਘਰ ਛੇਵਾਂ, ਉਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇਸਵ ਧੋਵਾਂ ਤਿਸ, ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਨ। ਸੱਜਣ ਦੇ ਕੰਨੀ ਜਦੋਂ ਇਹ ਆਵਾਜ਼ ਪਈ ਤਾਂ ਉਸਨੂੰ ਲੱਗਿਆ ਕਿ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਤੇ ਸਾਰੇ ਅੰਦਰ ਦੀਆਂ ਜਾਣਨ ਵਾਲੇ ਹਨ, ਉਹਨਾਂ ਨੂੰ ਮੇਰੀਆਂ ਕਰਤੂਤਾਂ ਦਾ ਪਤਾ ਲੱਗ ਗਿਆ ਹੋਵੇ। ਇਸੇ ਲਈ ਉਹ ਕਹਿ ਰਹੇ ਸਨ ਕਿ ਜਿਵੇਂ ਕਾਂਸ਼ੀ ਬਾਹਰੋਂ ਤੇ ਬਹੁਤ ਲਿਸ਼ਕਦੀ ਹੈ ਪਰ ਅੰਦਰੋਂ ਕਾਲਖ ਹੈ, ਸੱਜਣ ਨੇ ਸੋਚਿਆ ਇਹ ਕਰਮ ਤੇ ਮੇਰੇ ਹਨ, ਉੱਪਰੋਂ ਮੇਰਾ ਪਹਿਰਾਵਾ ਬਹੁਤ ਲਿਸ਼ਕਵਾਂ ਹੈ ਸੱਜਣਾ ਵਾਲਾ ਹੈ, ਕਰਮ ਤੇ ਮੇਰੇ ਪਾਪੀਆਂ ਵਾਲੇ ਹਨ। ਇਸ ਸ਼ਬਦ ਨੂੰ ਸੁਣਿਆ ਤੇ ਸੱਜਣ ਗੁਰੂ ਨਾਨਕ ਪਾਤਸ਼ਾਹ ਦੇ ਚਰਨਿਆਂ ਤੇ ਟਹਿ ਪਿਆ, ਨਮਸਕਾਰ ਕੀਤੀ, ਸਤਿਗੁਰੂ ਬਖਸ਼ ਲਵੋ, ਸਤਿਗੁਰੂ ਮੇਰੀ ਗਲਤੀਆਂ ਨੂੰ ਖਿਮਾ ਕਰ ਦੇਵੋ। ਇਸ ਤਰ੍ਹਾਂ ਸੱਜਣ ਨੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਤੇ ਢਹਿ ਕੇ
ਆਪਣੀਆਂ ਭੁੱਲਾਂ ਨੂੰ ਬਖਸ਼ਵਾਇਆ ਤੇ ਆਪ ਸੱਚਮੁੱਚ ਦਾ ਸੱਜਣ ਬਣ ਗਿਆ। ਇਹ ਉਹੀ ਹਵੇਲੀ ਹੈ, ਇਹ ਉਹੀ ਅਸਥਾਨ ਹੈ ਜਿੱਥੇ ਸੱਜਣ ਠੱਗ ਰਹਿੰਦਾ ਸੀ ਤੇ ਲੋਕਾਂ ਨੂੰ ਲੁੱਟਦਾ ਸੀ। ਇਹ ਉਹੀ ਗੁਰਦੁਆਰਾ ਹੈ ਜਿਸ ਦੇ ਆਪਾਂ ਦਰਸ਼ਨ ਕਰ ਰਹੇ ਹਾਂ, ਜਿੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸੱਜਣ ਠੱਗ ਨੂੰ ਨਿਰੰਕਾਰੀ ਬਾਣੀ ਦਾ ਉਪਦੇਸ਼ ਦੇ ਕੇ ਸੱਚਾ ਸੱਜਣ ਬਣਾ ਦਿੱਤਾ, ਸੱਚਾ ਜੀਵਨ ਬਣਾ ਦਿੱਤਾ। ਇਹ ਉਹੀ ਅਸਥਾਨ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਪਾਵਨ ਬਾਣੀ ਸਰਵਣ ਕਰਾ ਕੇ ਉਸਨੂੰ ਸੱਚਾ ਜੀਵਨ ਬਖਸ਼ ਦਿੱਤਾ। ਆਓ ਬੱਚਿਓ, ਹੁਣ ਤੁਹਾਨੂੰ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀ ਕੁਰੂਕਸ਼ੇਤਰ ਵਾਲੀ ਜੋ ਸਾਖੀ, ਉਹ ਆਪ ਜੀ ਨੂੰ ਸਰਵਣ ਕਰਾਉਂਦੇ ਹਾਂ। ਗੁਰੂ ਨਾਨਕ ਪਾਤਸ਼ਾਹ ਜੀ ਅਤੇ ਭਾਈ ਮਰਦਾਨਾ ਜੀ ਕੁਰੂਕਸ਼ੇਤਰ ਤੀਰਥ ਵਿਖੇ ਜਦੋਂ ਪੁੱਜੇ, ਉੱਥੇ ਉਸ ਵੇਲੇ ਬੜਾ ਵੱਡਾ ਮੇਲਾ ਲੱਗਾ ਹੋਇਆ ਸੀ। ਉਸ ਦਿਨ ਸੂਰਜ ਗ੍ਰਹਿਣ ਲੱਗਣਾ ਸੀ, ਇਸ ਲਈ ਦੂਰੋਂ ਨੇੜਿਓਂ ਸਾਰੀ ਖਲਕਤ ਉੱਥੇ ਇਸ਼ਨਾਨ ਕਰਨ ਵਾਸਤੇ ਅਤੇ ਦਾਨ ਕਰਨ ਵਾਸਤੇ ਇਕੱਠੇ ਹੋਏ ਸਨ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਉੱਥੇ ਪਹੁੰਚੇ, ਸਾਰੇ ਪਾਸੇ ਗ੍ਰਹਿਣ ਲੱਗਣ ਦੀ ਉਡੀਕ ਹੋ ਰਹੀ ਸੀ। ਗੁਰੂ ਜੀ ਅਤੇ ਭਾਈ ਮਰਦਾਨਾ ਜੀ ਇਹ ਖੁੱਲ੍ਹੇ ਥਾਂ ਉੱਪਰ ਜਾ ਬੈਠੇ। ਸੂਰਜ ਨੂੰ ਗ੍ਰਹਿਣ ਲੱਗਣ ਦੀ ਢਿੱਲ ਸੀ ਕਿ ਮੰਗਤਿਆਂ ਦੀਆਂ ਟੋਲੀਆਂ, ਉਹਨਾਂ ਨੇ ਮੰਗਣਾ ਸ਼ੁਰੂ ਕਰ ਦਿੱਤਾ। ਅਮੀਰਾਂ ਨੇ ਆਪਣੇ ਕੀਤੇ ਪਾਪਾਂ ਦਾ ਭਾਰ ਦੂਰ ਕਰਨ ਲਈ ਦਾਨ ਦੇਣਾ ਸ਼ੁਰੂ ਕਰ ਦਿੱਤਾ। ਲੋਕਾਂ ਦਰਿਆ ਵਿੱਚ ਨਹਾਉਣਾ ਸ਼ੁਰੂ ਕਰ ਦਿੱਤਾ, ਕਿਉਂਕਿ ਇਹ ਭਰਮ ਬਣਿਆ ਆ ਰਿਹਾ ਹੈ ਕਿ ਜੇ ਕੋਈ ਗ੍ਰਹਿਣ ਲੱਗਣ ਸਮੇਂ ਇਸ਼ਨਾਨ ਕਰੇ ਅਤੇ ਦਾਨ ਕਰੇ, ਉਸਦੇ ਸਾਰੇ ਪਾਪ ਖਤਮ ਹੋ ਜਾਂਦੇ ਹਨ। ਜਿਵੇਂ ਪਾਣੀ ਨਾਲ ਸਰੀਰ ਨੂੰ ਲੱਗਾ ਗੰਧ ਧੋਤਾ ਜਾਂਦਾ ਹੈ, ਪਾਪਾਂ ਦਾ ਗੰਧ ਧੋਣ ਦੇ ਅਭਿਲਾਸ਼ੀ ਬ੍ਰਾਹਮਣਾਂ ਦੇ ਹੱਥਾਂ ਉੱਪਰ ਰੁਪਏ ਰੱਖ ਰਹੇ ਸਨ, ਜਿਨ੍ਹਾਂ ਪਹਿਲਾਂ ਕਦੇ ਕਿਸੇ ਨੂੰ ਕੋਈ ਦਾਨ ਨਹੀਂ ਕੀਤਾ, ਅੱਜ ਉਹ ਵੀ ਦਾਨ ਕਰ ਰਹੇ ਸਨ। ਗੁਰੂ ਜੀ ਬੈਠੇ ਇਹ ਤਮਾਸ਼ਾ ਦੇਖ ਰਹੇ ਸਨ। ਉਸੇ ਸਮੇਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਸਨਮੁਖ ਇੱਕ ਰਾਜਕੁਮਾਰ ਆਇਆ। ਉਸਨੇ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਕੁਝ ਦਾਨ ਕੀਤਾ। ਆਖਣ ਲੱਗਾ, ਸਤਿਗੁਰੂ ਮੇਰੇ ਕੋਲ ਦਾਨ ਕਰਨ ਵਾਸਤੇ ਹੋਰ ਤੇ ਕੁਝ ਨਹੀਂ, ਇਹ ਹਿਰਨ ਦਾ ਮਾਸ ਹੈ ਜਿਸ ਦਾ ਮੈਂ ਸ਼ਿਕਾਰ ਖੇਡ ਕੇ ਆ ਰਿਹਾ ਹਾਂ, ਇਸ ਨੂੰ ਹੀ ਆਪ ਜੀ ਪ੍ਰਵਾਨ ਕਰ ਲਵੋ। ਗੁਰੂ ਜੀ ਨੇ ਉਹ ਮਾਸ ਪ੍ਰਵਾਨ ਕੀਤਾ ਤੇ ਗੁਰੂ ਜੀ ਨੇ ਹੁਕਮ ਕੀਤਾ, ਮਰਦਾਨਿਆਂ
ਇਸ ਨੂੰ ਇਸ ਪਤੀਲੇ ਦੇ ਵਿੱਚ ਰਿਝਣ ਵਾਸਤੇ ਧਰ ਦਿੱਤਾ ਜਾਏ। ਮਰਦਾਨੇ ਨੇ ਗੁਰੂ ਜੀ ਦਾ ਹੁਕਮ ਮੰਨਿਆ ਅਤੇ ਉਸਨੂੰ ਅੱਗ ਜਲਾ ਕੇ ਰਿਝਣ ਵਾਸਤੇ ਰੱਖ ਦਿੱਤਾ। ਬ੍ਰਾਹਮਣਾ ਜਦੋਂ ਅੱਗ ਦਾ ਧੂੰਆਂ ਦੇਖਿਆ ਤਾਂ ਭੱਜੇ ਭੱਜੇ ਗੁਰੂ ਜੀ ਕੋਲ ਆਏ, ਆ ਕੇ ਕਹਿਣ ਲੱਗੇ, ਇਹ ਸ਼ੁਭ ਸਮੇਂ ਕੋਈ ਅੱਗ ਨਹੀਂ ਜਲਾ ਸਕਦਾ, ਅੱਗ ਜਲਾਉਣਾ ਬਹੁਤ ਵੱਡਾ ਪਾਪ ਹੈ, ਕੋਈ ਚੀਜ਼ ਪਕਾਈ ਨਹੀਂ ਜਾ ਸਕਦੀ, ਇਹ ਇਸ ਸ਼ੁਭ ਸਮੇਂ ਕੇਵਲ ਦਾਨ ਹੀ ਕੀਤਾ ਜਾ ਸਕਦਾ ਹੈ, ਸਰੋਵਰ ਦੇ ਵਿੱਚ ਇਸ਼ਨਾਨ ਹੀ ਕੀਤਾ ਜਾ ਸਕਦਾ ਹੈ। ਇਤਨੇ ਨੂੰ ਨਾਨੂ ਪੰਡਿਤ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ, ਇਸ ਪਤੀਲੇ ਵਿੱਚ ਤੁਸੀਂ ਰਿਝਣ ਵਾਸਤੇ ਕੀ ਧਰਿਆ ਹੈ? ਸਤਿਗੁਰ ਆਖਿਆ, ਇਸ ਵਿੱਚ ਮਿਰਗ ਦਾ ਮਾਸ ਹੈ। ਨਾਨੂ ਇਹ ਸੁਣ ਕੇ ਹੋਰ ਵੀ ਤੜਫ ਉੱਠਿਆ ਅਤੇ ਗੁਰੂ ਜੀ ਨੇ ਉਹਨਾਂ ਰੋਲਾ ਪਾਉਣ ਵਾਲਿਆਂ ਨੂੰ ਇਹ ਉਪਦੇਸ਼ ਕੀਤਾ ਕਿ ਪੇਟ ਦੇ ਭੁੱਖ ਦੂਰ ਕਰਨ ਲਈ ਕੁਝ ਪਕਾਉਣਾ ਤੇ ਪਾਪ ਹੈ, ਪਰ ਝੂਠ ਬੋਲ ਕੇ ਬੇਸਮਝ ਲੋਕਾਂ ਤੋਂ ਦਾਨ ਲੈਣਾ ਇਹ ਪਾਪ ਨਹੀਂ। ਆਪਣਾ ਪੇਟ ਭਰਨ ਵਾਸਤੇ ਅੱਗ ਬਾਲ ਕੇ ਕੁਝ ਪਕਾ ਲੈਣਾ, ਕੁਝ ਰਿੰਨ ਲੈਣਾ, ਇਹ ਤੁਹਾਡੀਆਂ ਨਜ਼ਰਾਂ ਦੇ ਵਿੱਚ ਪਾਪ ਹੈ, ਤੇ ਝੂਠ ਬੋਲ ਕੇ ਧਰਮਿਆਂ ਵਾਲਾ ਭੇਖ ਧਾਰਨ ਕਰਕੇ ਇਹਨਾਂ ਕੋਲੋਂ ਦਾਨ ਲੈਣਾ ਇਹ ਬਹੁਤ ਵੱਡਾ ਪੁੰਨ ਸਮਝਿਆ ਹੋਇਆ ਹੈ। ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਉੱਥੇ ਉਪਦੇਸ਼ ਕੀਤਾ ਕਿ ਮਾਸ ਤੇ ਸੰਸਾਰ ਦੇ ਵਿੱਚ ਅਸੀਂ ਜੋ ਕੁਛ ਦੇਖਦੇ ਹਾਂ, ਜੋ ਕੁਛ ਅਸੀਂ ਖਾਂਦੇ ਹਾਂ, ਇਹ ਸਭ ਕੁਛ ਮਾਸ ਹੀ ਤੇ ਹੈ। ਮਾਸ ਕੇਵਲ ਇਹ ਮਿਰਗ ਦਾ ਮਾਸ ਨਹੀਂ, ਘਰ ਦੇ ਵਿੱਚ ਇਹ ਸਭ ਕੁਛ ਮਾਸ ਹੈ। ਤੇ ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਉਹਨਾਂ ਨੂੰ ਸਮਝਾ ਦਿੱਤਾ ਕਿ ਇਹ ਸਾਗ ਸਬਜ਼ੀਆਂ ਇਹ ਸਭ ਕੁਛ ਮਾਸ ਹੀ ਤੇ ਹੈ। ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਸਮਝਾਇਆ ਕਿ ਸਰੀਰ ਮਾਸ ਦਾ ਬਣਿਆ ਹੋਇਆ ਹੈ, ਇਹ ਸਾਰੇ ਸਰੀਰ ਮਾਸ ਦੇ ਹਨ, ਮਾਸ ਦੇ ਸਾਰੇ ਪੁਤਲੇ ਹਨ, ਹੱਡ ਚਮ ਤਨ ਇਹ ਸਭ ਮਾਸ ਦੇ ਬਣੇ ਹੋਏ ਹਨ, ਇਸ ਕਰਕੇ ਇਹ ਸਭ ਕੁਛ ਮਾਸ ਹੀ ਤੇ ਹੈ। ਉਹਨਾਂ ਬੇਸਮਝ ਪੰਡਿਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਇਹ ਸਮਝਾ ਦਿੱਤਾ ਕਿ ਮਾਸ ਕੋਈ ਵੱਖਰੀ ਸ਼ੈ ਨਹੀਂ, ਇਹ ਸਰੀਰ ਮਨੁੱਖ ਘਰ ਦੇ ਵਿੱਚ ਆਉਂਦਾ ਹੈ, ਮਾਤਾ ਪਿਤਾ ਘਰ ਦੇ ਵਿੱਚ ਆਉਂਦੇ ਨੇ, ਵੋਟੇ ਨੂੰ ਵਿਆਹ ਕੇ ਲਿਆਉਂਦਾ ਹੈ, ਇਹ ਸਭ ਕੁਛ ਮਾਸ ਹੀ ਤੇ ਹੈ। ਇਹ ਭਰਮ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਦਾ ਤੋੜਿਆ ਅਤੇ ਇਹ ਸਮਝਾ ਦਿੱਤਾ ਕਿ ਮਾਸ ਮਾਸ ਕਰ ਮੂਰਖ ਝਗੜੇ, ਇਸ ਮਾਸ ਦੇ ਚੱਕਰ ਦੇ ਵਿੱਚ ਝਗੜਨ ਵਾਲੇ ਉਹ ਮੂਰਖ ਨੇ, ਉਹਨਾਂ ਨੂੰ ਮਾਸ ਦੀ ਸਮਝ ਨਹੀਂ। ਇਸ ਕੁਰੂਕਸ਼ੇਤਰ ਤੀਰਥ ਅਸਥਾਨ 'ਤੇ
ਗੁਰੂ ਨਾਨਕ ਪਾਤਸ਼ਾਹ ਨੇ ਮਾਸ ਵਾਸਤੇ ਉਹਨਾਂ ਨੂੰ ਉਪਦੇਸ਼ ਕੀਤਾ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੇ ਉਹ ਬਚਨ ਸੁਣ ਕੇ ਸਾਰੇ ਚੁੱਪ ਹੋ ਗਏ। ਉਹਨਾਂ ਨੂੰ ਅੱਗੋਂ ਕੋਈ ਜਵਾਬ ਨਾ ਮਿਲਿਆ ਤੇ ਉਹਨਾਂ ਨੂੰ ਇਹ ਵੀ ਸਮਝ ਲੱਗ ਗਈ ਕਿ ਕਿਸੇ ਦੇਵਤੇ ਉੱਪਰ ਕੋਈ ਬਿਪਤਾ ਨਹੀਂ ਆਉਂਦੀ। ਗ੍ਰਹਿਣ ਲੱਗਣਾ ਤੇ ਇਹਨਾਂ ਗ੍ਰਹਿਆਂ ਦਾ ਚੱਕਰ ਹੈ। ਇਸ ਪਾਣੀ ਵਿੱਚ ਇਸ਼ਨਾਨ ਕਰਨ ਨਾਲ ਜਾਂ ਕਿਸੇ ਨੂੰ ਦਾਨ ਕਰਨ ਨਾਲ ਮਨੁੱਖ ਦੇ ਪਾਪ ਹੌਲੇ ਨਹੀਂ ਹੋ ਸਕਦੇ, ਮਨੁੱਖ ਦੇ ਪਾਪਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਪਿਆਰੇ ਬੱਚਿਓ, ਇਹ ਉਹੀ ਅਸਥਾਨ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਪਾਂਡਿਆਂ ਨੂੰ, ਜੋ ਕਿ ਕੇਵਲ ਦਾਨ ਲੈਣਾ ਹੀ ਧਰਮ ਸਮਝਦੇ ਸਨ, ਜੋ ਕੇਵਲ ਗ੍ਰਹਿਣ ਦੇ ਚੱਕਰ ਦੇ ਵਿੱਚ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਹੀ ਧਰਮ ਸਮਝਦੇ ਸਨ, ਇਹ ਉਹੀ ਅਸਥਾਨ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਪਾਂਡਿਆਂ ਨੂੰ ਸਮਝਾਇਆ ਅਤੇ ਉਹਨਾਂ ਨੂੰ ਸੱਚ ਦਾ ਉਪਦੇਸ਼ ਦਿੱਤਾ ਅਤੇ ਪਰਮਾਤਮਾ ਦੇ ਸਿਮਰਨ ਦੇ ਨਾਲ ਜੋੜ ਦਿੱਤਾ। ਇਹ ਉਹੀ ਅਸਥਾਨ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਇਹਨਾਂ ਪੰਡਿਤਾਂ ਨੂੰ ਉਸ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਦੇ ਵਿੱਚ ਜੋੜਿਆ। ਬਾਬਾ ਜੀ, ਗੁਰੂ ਨਾਨਕ ਦੇਵ ਜੀ ਨੇ ਹਰਿਦੁਆਰ ਵਿਖੇ ਲੋਕਾਂ ਨੂੰ ਕਿਵੇਂ ਸਮਝਾਇਆ? ਪਿਆਰੇ ਬੱਚਿਓ, ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਹਰਿਦੁਆਰ ਪਹੁੰਚੇ ਉੱਥੇ ਬਹੁਤ ਵੱਡਾ ਮੇਲਾ ਲੱਗਾ ਹੋਇਆ ਸੀ। ਬੜੇ ਦੂਰ ਨੇੜਿਓਂ ਲੋਕ ਉੱਥੇ ਪਹੁੰਚੇ ਹੋਏ ਸਨ, ਕਿਉਂਕਿ ਹਿੰਦੂ ਲੋਕਾਂ ਦੇ ਵਿੱਚ ਇਹ ਭਰਮ ਹੈ ਕਿ ਹਰਿਦੁਆਰ ਜਾ ਕੇ ਜੇ ਕੋਈ ਇਸ਼ਨਾਨ ਕਰੇ ਤੇ ਆਪਣੇ ਵੱਡੇ ਵਡੇਰਿਆਂ ਨੂੰ ਜਲ ਪਿਲਾਵੇ ਉਹਨਾਂ ਦਾ ਉਧਾਰ ਹੁੰਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਹਰਿਦੁਆਰ ਪਹੁੰਚੇ, ਉੱਥੇ ਜਾ ਕੇ ਗੁਰੂ ਨਾਨਕ ਪਾਤਸ਼ਾਹ ਨੇ ਦੇਖਿਆ ਕਿ ਲੋਕ ਗੰਗਾ ਵਿੱਚ ਇਸ਼ਨਾਨ ਕਰ ਰਹੇ ਹਨ ਤੇ ਹੱਥਾਂ ਨਾਲ ਦਰਿਆ ਦਾ ਪਾਣੀ ਪੂਰਬ ਵੱਲ ਸੁੱਟ ਰਹੇ ਹਨ। ਗੁਰੂ ਜੀ ਨੇ ਵੀ ਆਪ ਗੰਗਾ ਵਿੱਚ ਵੜ ਕੇ ਪੱਛਮ ਵੱਲ ਪਾਣੀ ਸੁੱਟਣਾ ਆਰੰਭ ਕਰ ਦਿੱਤਾ। ਪੂਰਬ ਵੱਲ ਪਾਣੀ ਸੁੱਟਣ ਵਾਲੇ ਗੁਰੂ ਜੀ ਨੂੰ ਪੱਛਮ ਵੱਲ ਪਾਣੀ ਸੁੱਟਦਾ ਦੇਖ ਕੇ ਬਹੁਤ ਹੈਰਾਨ ਹੋਏ। ਉਹਨਾਂ ਵਿੱਚੋਂ ਇੱਕ ਦੋ ਨੇ ਹਿੰਮਤ ਕਰਕੇ ਆਣ ਕੇ ਪੁੱਛਿਆ, ਭਾਈ ਤੂੰ ਹਿੰਦੂ ਹੈ ਕਿ ਮੁਸਲਮਾਨ? ਤੁਹਾਨੂੰ ਇਹ ਵੀ ਨਹੀਂ ਪਤਾ ਕਿ ਪਾਣੀ ਕਿੱਧਰ ਸੁੱਟਣਾ ਹੈ? ਤੁਸੀਂ ਪੱਛਮ ਵੱਲ ਪਾਣੀ ਕਿਉਂ ਸੁੱਟ ਰਹੇ ਹੋ? ਗੁਰੂ ਜੀ ਨੇ ਪਾਣੀ ਸੁੱਟਣਾ ਬੰਦ ਕਰ ਦਿੱਤਾ। ਸਵਾਲ ਕਰਨ ਵਾਲੇ ਨੂੰ ਪੁੱਛਿਆ, ਭਾਈ ਤੁਸੀਂ ਪੂਰਬ ਵੱਲ ਪਾਣੀ ਕਿਉਂ ਸੁੱਟ ਰਹੇ ਹੋ? ਉਸਨੇ ਆਖਿਆ,
ਤੁਹਾਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਪੂਰਬ ਵੱਲ ਪਾਣੀ ਕਿਉਂ ਸੁੱਟ ਰਹੇ ਹਾਂ? ਕਹਿੰਦੇ ਸਾਡੇ ਵੱਡੇ ਵਡੇਰੇ ਜੋ ਮਰ ਗਏ ਹਨ, ਅਸੀਂ ਉਹਨਾਂ ਨੂੰ ਪਾਣੀ ਪਿਲਾ ਰਹੇ ਹਾਂ। ਗੁਰੂ ਨਾਨਕ ਪਾਤਸ਼ਾਹ ਨੇ ਪੁੱਛਿਆ ਉਹ ਕਿੱਥੇ ਹਨ? ਉਹ ਆਖਣ ਲੱਗਾ ਉਹ ਇੱਥੋਂ ਕਰੋੜਾਂ ਮੀਲ ਦੂਰ ਸੂਰਜ ਤੋਂ ਵੀ ਪਰੇ ਹਨ, ਅਸੀਂ ਉਹਨਾਂ ਨੂੰ ਪਾਣੀ ਦੇ ਰਹੇ ਹਾਂ। ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਮੈਂ ਆਪਣੇ ਪਿੱਤਰਾਂ ਨੂੰ ਪਾਣੀ ਨਹੀਂ ਦੇ ਰਿਹਾ, ਮੇਰੇ ਖੇਤ ਨੇ ਪੰਜਾਬ ਦੇ ਵਿੱਚ ਕਰਤਾਰਪੁਰ, ਉਹ ਪਾਣੀ ਤੋਂ ਬਿਨਾਂ ਸੁੱਕ ਰਹੇ ਹਨ, ਮੈਂ ਪੱਛਮ ਵੱਲ ਉਹਨਾਂ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ। ਉਸਨੇ ਪੁੱਛਿਆ ਕਿ ਤੁਹਾਡਾ ਪਾਣੀ ਪੰਜਾਬ ਤੱਕ ਪਹੁੰਚ ਜਾਵੇਗਾ ਕਿ ਤੁਹਾਡਾ ਪਾਣੀ ਖੇਤਾਂ ਤੱਕ ਪਹੁੰਚ ਜਾਵੇਗਾ? ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਜੇ ਤੁਹਾਡਾ ਪਾਣੀ ਕਰੋੜਾਂ ਮੀਲ ਦੂਰ ਦੇਵ ਲੋਕ ਤੱਕ ਪਹੁੰਚ ਜਾਵੇਗਾ, ਮੇਰੇ ਖੇਤ ਤਾਂ ਬਹੁਤ ਨੇੜੇ ਹਨ ਕਿ ਮੇਰਾ ਪਾਣੀ ਮੇਰੇ ਖੇਤਾਂ ਤੱਕ ਨਹੀਂ ਪਹੁੰਚੇਗਾ? ਗੁਰੂ ਨਾਨਕ ਪਾਤਸ਼ਾਹ ਨੇ ਇਸ ਤਰ੍ਹਾਂ ਉਹਨਾਂ ਨੂੰ ਇਹ ਸਮਝਾਇਆ ਕਿ ਕਿਸੇ ਦੇ ਮਰਨ ਤੋਂ ਬਾਅਦ ਕਿਸੇ ਨੂੰ ਦਿੱਤਾ ਹੋਇਆ ਪਾਣੀ, ਕਿਸੇ ਨੂੰ ਕੀਤਾ ਹੋਇਆ ਦਾਨ ਉਹਨਾਂ ਤੱਕ ਨਹੀਂ ਪਹੁੰਚ ਸਕਦਾ। ਇਹ ਤੇ ਆਪਣੇ ਕਰਮ ਹਨ ਕਿ ਜੀਵਨ ਦੇ ਵਿੱਚ ਕੀ ਕੀਤਾ ਹੋਇਆ ਹੈ। ਗੁਰੂ ਨਾਨਕ ਪਾਤਸ਼ਾਹ ਨੇ ਉਹ ਸਾਰੇ ਪਾਣੀ ਸੁੱਟਣ ਵਾਲਿਆਂ ਨੂੰ ਇਹ ਸਮਝਾ ਦਿੱਤਾ ਕਿ ਤੁਹਾਡਾ ਇਹ ਸੁੱਟਿਆ ਪਾਣੀ ਜੋ ਤੁਸੀਂ ਗੰਗਾ ਦੇ ਵਿੱਚ ਖੜ੍ਹੇ ਹੋ ਕੇ ਇਹ ਪਾਣੀ ਪੂਰਬ ਵੱਲ ਸੁੱਟ ਰਹੇ ਹੋ, ਇਹ ਤਾਂ ਇਸ ਦਰਿਆ ਦੇ ਵਿੱਚ ਡਿੱਗ ਰਿਹਾ ਹੈ, ਇਹ ਦੇਵ ਲੋਕ ਤੱਕ ਨਹੀਂ ਪਹੁੰਚੇਗਾ। ਅਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਦੇ ਵਿੱਚ ਵੀ ਜ਼ਿਕਰ ਕੀਤਾ ਕਿ ਜੀਵਤ ਪਿੱਤਰ ਨਾ ਮਾਨੈ ਕੋ ਮੋਇ ਸਰਾਧ ਕਰਾਹੀ, ਪਿੱਤਰ ਵੀ ਬਪੁਰੇ ਕਹੋ ਕਿਉਂ ਪਾਵੇਂ, ਕਊਆ ਕੂਕਰ ਖਾਹੀ। ਕਹਿੰਦੇ ਵੱਡੇ ਵਡੇਰਿਆਂ ਦੇ ਮਰਨ ਤੋਂ ਬਾਅਦ ਕੀਤਾ ਹੋਇਆ ਦਾਨ, ਉਹਨਾਂ ਨੂੰ ਦਿੱਤਾ ਹੋਇਆ ਪਾਣੀ ਉਹਨਾਂ ਤੱਕ ਨਹੀਂ ਪਹੁੰਚ ਸਕਦਾ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਉੱਥੇ ਇਹ ਸੱਚ ਦਾ ਉਪਦੇਸ਼ ਦਿੱਤਾ। ਇਹ ਉਹੀ ਗੁਰਦੁਆਰਾ ਹੈ, ਇਹ ਉਹੀ ਅਸਥਾਨ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਇਸ ਅਸਥਾਨ 'ਤੇ ਆ ਕੇ ਪੂਰਬ ਵੱਲ ਨੂੰ ਸੁੱਟ ਰਹੇ ਪਾਣੀ, ਆਪਣੇ ਵੱਡੇ ਵਡੇਰਿਆਂ ਨੂੰ ਦੇ ਰਹੇ ਪਾਣੀ, ਉਹਨਾਂ ਨੂੰ ਇਹ ਸਮਝਾਇਆ ਕਿ ਇਹ ਤੁਹਾਡਾ ਸੁੱਟਿਆ ਪਾਣੀ ਉਹਨਾਂ ਤੱਕ ਨਹੀਂ ਪਹੁੰਚ ਸਕਦਾ। ਇਸ ਤਰ੍ਹਾਂ ਉਹਨਾਂ ਨੂੰ ਦਿੱਤਾ ਹੋਇਆ ਦਾਨ ਇਹ ਉਹਨਾਂ ਤੱਕ ਨਹੀਂ ਪਹੁੰਚ ਸਕਦਾ। ਗੁਰੂ ਨਾਨਕ ਪਾਤਸ਼ਾਹ ਨੇ ਇੱਥੇ ਹੀ ਉਹਨਾਂ ਹਿੰਦੂ ਲੋਕਾਂ ਨੂੰ ਇਹ ਸੱਚ ਦਾ ਗਿਆਨ ਬਖਸ਼ਿਸ਼ ਕੀਤਾ ਅਤੇ ਸਕਰਤਾਰ ਦੀ ਭਗਤੀ ਦੇ ਨਾਲ ਜੋੜਿਆ।
ਉਸ ਨਿਰੰਕਾਰ ਦੇ ਨਾਲ ਜੋੜਿਆ। ਇਹ ਉਹੀ ਅਸਥਾਨ ਹੈ, ਇਹ ਉਹੀ ਜਗ੍ਹਾ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਇਹਨਾਂ ਹਿੰਦੂ ਵੀਰਾਂ ਨੂੰ ਇੱਕ ਵਹਿਮ ਭਰਮ ਦੇ ਵਿੱਚੋਂ ਕੱਢਿਆ ਅਤੇ ਉਸ ਅਕਾਲ ਪੁਰਖ ਪਰਮਾਤਮਾ ਦੀ ਭਗਤੀ ਦੇ ਨਾਲ ਜੋੜਿਆ। ਬਾਬਾ ਜੀ, ਗੁਰਮਤੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਯੋਗਿਆਂ ਨਾਲ ਕੀ ਚਰਚਾ ਕੀਤੀ? ਪਿਆਰੇ ਬੱਚਿਓ, ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਮਥੁਰਾ ਤੋਂ ਚੱਲ ਕੇ ਗੋਰਖ ਮਤਾ ਪੁੱਜੇ, ਇੱਥੇ ਜੰਗਲ ਵਿੱਚ ਕੰਨ ਪਾਟੇ ਜੋਗੀ ਗੋਰਖਨਾਥ ਅਤੇ ਉਸਦੇ ਚੇਲੇ ਰਹਿੰਦੇ ਸਨ। ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਦੇ ਡੇਰੇ ਤੋਂ ਕੁਝ ਦੂਰ ਬੈਠ ਕੇ ਕੀਰਤਨ ਆਰੰਭ ਕਰ ਦਿੱਤਾ। ਸਾਰੇ ਜੋਗੀ ਆਪ ਜੀ ਪਾਸ ਆਣ ਇਕੱਠੇ ਹੋਏ। ਜੋਗੀਆਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ, ਤੁਹਾਡਾ ਮਤ ਕੀ ਹੈ, ਤੁਸੀਂ ਕੌਣ ਹੋ, ਕਿੱਥੋਂ ਆਏ ਹੋ ਅਤੇ ਇੱਥੇ ਕਿਸ ਤਰ੍ਹਾਂ ਆਏ ਹੋ? ਗੁਰੂ ਜੀ ਨੇ ਕਿਹਾ, ਅਸੀਂ ਨਿਰੰਕਾਰੀ ਹਾਂ, ਨਿਰੰਕਾਰ ਦੇ ਦੇਸ਼ ਵਿੱਚੋਂ ਆਏ ਹਾਂ, ਇੱਥੇ ਤੁਹਾਡੇ ਦਰਸ਼ਨ ਕਰਨ ਆਏ ਹਾਂ। ਜੋਗੀਆਂ ਨੇ ਕਿਹਾ, ਤੁਸੀਂ ਸਾਡਾ ਯੋਗ ਮਤ ਧਾਰਨ ਕਰ ਲਵੋ, ਤੁਹਾਨੂੰ ਸੱਚਾ ਮਾਰਗ ਪ੍ਰਾਪਤ ਹੋ ਜਾਵੇਗਾ। ਗੁਰੂ ਜੀ ਬੋਲੇ, ਇਹ ਸੱਚਾ ਮਾਰਗ ਕਿਸੇ ਭੇਸ ਵਿੱਚ ਸੀਮਤ ਨਹੀਂ ਹੈ। ਜਿਹੜਾ ਵੀ ਪੁਰਸ਼, ਜੋ ਵੀ ਮਨੁੱਖ ਆਪਣੇ ਆਪ ਨੂੰ ਜਗਤ ਦੀਆਂ ਬੁਰਿਆਈਆਂ ਤੋਂ ਬਚਾ ਕੇ ਰੱਖਦਾ ਹੈ, ਜੋ ਵੀ ਮਨੁੱਖ ਆਪਣੇ ਆਪ ਨੂੰ ਜਗਤ ਦੇ ਜੰਜਾਲਾਂ ਤੋਂ ਬਚਾ ਕੇ ਰੱਖਦਾ ਹੈ, ਉਸਨੂੰ ਹੀ ਸੱਚਾ ਮਾਰਗ ਪ੍ਰਾਪਤ ਹੁੰਦਾ ਹੈ। ਅਨੇਕਾਂ ਪ੍ਰਕਾਰ ਦੀ ਚਰਚਾ ਕਰਕੇ ਸਿੱਧਾਂ ਨੇ ਆਪ ਜੀ ਨੂੰ ਕਾਮਲ ਫਕੀਰ ਦੇਖ ਕੇ, ਆਪ ਜੀ ਨੂੰ ਬਹੁਤ ਵੱਡਾ ਫਕੀਰ ਦੇਖ ਕੇ ਆਖਣ ਲੱਗੇ, ਤੁਸੀਂ ਯੋਗ ਮਤ ਧਾਰਨ ਕਰ ਲਵੋ, ਤੁਸੀਂ ਯੋਗ ਮਤ ਦੇ ਚਿੰਨ੍ਹਾਂ ਨੂੰ ਧਾਰਨ ਕਰ ਲਵੋ, ਤੁਸੀਂ ਆਪਣੇ ਕੰਨਾਂ ਦੇ ਚਮੁੰਦਰਾ ਪਾ ਲਵੋ, ਖਿੰਥਾ ਗੋਦੜੇ ਰੱਖ ਲਵੋ ਅਤੇ ਝੋਲੇ ਲਵੋ ਅਤੇ ਇੱਕ ਡੰਡਾ ਲੈ ਲਵੋ। ਇਹ ਯੋਗ ਮਤ ਦੇ ਚਿੰਨ੍ਹ ਨੇ, ਤੁਸੀਂ ਇਹਨਾਂ ਨੂੰ ਧਾਰਨ ਕਰ ਲਵੋ ਅਤੇ ਯੋਗੀ ਬਣ ਜਾਓ ਅਤੇ ਸਰੀਰ ਉੱਤੇ ਇਹ ਰੰਗ ਬਿਰੰਗੇ ਕੱਪੜੇ ਉਤਾਰ ਕੇ ਸਵਾ ਮਲ ਲਵੋ। ਸਾਡਾ ਭੇਖ ਧਾਰਨ ਕਰਨ ਲੈਣ ਨਾਲ ਬਹੁਤ ਮਾਨਤਾ ਹੋ ਜਾਵੇਗੀ। ਗੁਰੂ ਜੀ ਨੇ ਕਿਹਾ, ਇਹਨਾਂ ਚਿੰਨ੍ਹਾਂ ਦੇ ਧਾਰਨ ਕਰਨ ਨਾਲ ਈਸ਼ਵਰ ਦੀ ਪ੍ਰਾਪਤੀ ਨਹੀਂ ਹੋ ਸਕਦੀ, ਕੇਵਲ ਇਹਨਾਂ ਧਾਰਮਿਕ ਚਿੰਨ੍ਹਾਂ ਨੂੰ ਧਾਰਨ ਕਰ ਲੈਣਾ, ਇਹ ਯੋਗ ਮਤ ਨੂੰ ਧਾਰਨ ਕਰਨਾ ਨਹੀਂ। ਯੋਗ ਮਤ ਇਹਨਾਂ ਚਿੰਨ੍ਹਾਂ ਦੇ ਵਿੱਚ ਨਹੀਂ ਹੈ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਪਾਵਨ ਗੁਰਬਾਣੀ ਦੇ ਰਾਹੀਂ ਉਹਨਾਂ ਨੂੰ ਉੱਥੇ ਉਪਦੇਸ਼ ਕੀਤਾ ਅਤੇ ਆਖਣ ਲੱਗੇ ਕਿ ਇਹਨਾਂ ਚਿੰਨ੍ਹਾਂ ਨੂੰ ਧਾਰਨ ਕਰ ਲੈਣਾ ਯੋਗ ਮੈਂ ਧਾਰਨ ਕਰਨਾ ਨਹੀਂ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਪਾਵਨ ਗੁਰਬਾਣੀ ਦੇ ਵਿੱਚ ਬਚਨ ਕੀਤੇ, ਯੋਗ ਨਾ ਖਿੰਥਾ, ਯੋਗ ਨਾ ਡੰਡੈ, ਯੋਗ ਨਾ ਭਸਮ ਚੜ੍ਹਾਈਐ, ਯੋਗ ਨਾ ਮੁੰਦੀ ਮੁੰਡ ਮੁੰਡਾਇਐ, ਯੋਗ ਨਾ ਸਿੰਘੀ ਵਾਇਐ, ਅੰਜਨ ਮਾਹੀ ਨਿਰੰਜਨ ਰਹੀਐ, ਯੋਗ ਜੁਗਤ ਇਵ ਪਾਈਐ, ਨਾਨਕ ਜੀਵਤਿਆਂ ਮਰ ਰਹੀਐ, ਐਸਾ ਯੋਗ ਕਮਾਈਐ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਯੋਗੀਆਂ ਨੂੰ ਇਹ ਯੋਗ ਦੇ ਚਿੰਨ੍ਹਾਂ ਤੋਂ ਹਟ ਕੇ ਇਸ ਸੱਚ ਦਾ ਉਪਦੇਸ਼ ਦਿੱਤਾ ਅਤੇ ਆਖਿਆ, ਹੇ ਯੋਗੀ ਜਨੋ, ਹੇ ਯੋਗ ਮਤ ਦੇ ਧਾਰਨ ਕਰਨ ਵਾਲਿਓ, ਖਿੰਥਾ ਅਤੇ ਡੰਡਾ ਧਾਰਨ ਕਰਨਾ, ਸਰੀਰ ਉੱਤੇ ਸਵਾਹ ਮਲ ਲੈਣੀ, ਸਿੰਗੀ ਵਜਾਉਣੀ, ਇਸ ਨਾਲ ਯੋਗ ਨਹੀਂ ਹੁੰਦਾ। ਯੋਗ ਦੀ ਜੁਗਤੀ ਇਹ ਹੈ, ਯੋਗ ਤੇ ਇਹ ਹੋ ਸਕਦਾ ਹੈ ਕਿ ਮਾਇਆ ਦੇ ਵਿੱਚ ਰਹਿੰਦਿਆਂ ਐਸਾ ਜੀਵਨ ਬਤੀਤ ਕਰੀਏ, ਐਸਾ ਜੀਵਨ ਬਿਤਾਈਏ ਕਿ ਜਗਤ ਵੱਲੋਂ ਉਪਰਾਮ ਹੋ ਜਾਈਏ, ਜਗਤ ਤੋਂ ਇਤਨੇ ਉੱਪਰ ਹੋ ਜਾਈਏ ਕਿ ਜਗਤ ਦੀ ਕੋਈ ਲਾਲਸਾ ਹੀ ਨਾ ਹੋਵੇ। ਫਿਰ ਜਦ ਸਿੰਘੇ ਨੂੰ ਫੂਕ ਮਾਰਨ ਤੋਂ ਬਿਨਾਂ ਹੀ ਅਨਹਦ ਦੀ ਧੁਨੀ ਹੋ ਉੱਠੇ ਤਾਂ ਅਲਖ ਨਿਰੰਜਨ ਉਹ ਅਕਾਲ ਪੁਰਖ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਨਾਨਕ ਪਾਤਸ਼ਾਹ ਦੇ ਯੋਗੀਆਂ ਨੇ ਜਦੋਂ ਇਹ ਬਚਨ ਸੁਣੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਇਹਨਾਂ ਬਚਨਾਂ ਨੂੰ ਸਰਵਣ ਕਰਕੇ ਯੋਗੀਆਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਨਮਸਕਾਰ ਕੀਤੀ, ਆਖਿਆ, ਆਦੇਸ਼ ਆਦੇਸ਼, ਨਮਸਕਾਰ ਹੈ ਸਤਿਗੁਰੂ, ਨਮਸਕਾਰ ਹੈ ਆਪ ਜੀ ਨੂੰ। ਅਤੇ ਨਮਸਕਾਰ ਕਰਦਿਆਂ ਹੋਇਆਂ ਉਹ ਸਾਰੇ ਯੋਗੀ ਆਪ ਗੁਰੂ ਨਾਨਕ ਪਾਤਸ਼ਾਹ ਨੂੰ ਮੱਥਾ ਟੇਕ ਕੇ ਜੰਗਲਾਂ ਪਹਾੜਾਂ ਵੱਲੋਂ ਤੁਰ ਪਏ। ਇਸ ਤਰ੍ਹਾਂ ਇਹ ਅਸਥਾਨ ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ, ਇਹ ਉਹੀ ਅਸਥਾਨ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਇਹਨਾਂ ਯੋਗੀਆਂ ਨਾਲ ਚਰਚਾ ਕੀਤੀ ਅਤੇ ਉਹਨਾਂ ਨੂੰ ਯੋਗ ਮਤ ਦਾ ਸਾਰਾ ਸਿਧਾਂਤ ਦ੍ਰਿੜ ਕਰਾ ਦਿੱਤਾ। ਯੋਗ ਮਤ ਦੀ ਵਿਆਖਿਆ ਕਰਾਈ ਗੁਰੂ ਨਾਨਕ ਪਾਤਸ਼ਾਹ ਨੇ। ਇਹ ਉਹੀ ਅਸਥਾਨ ਹੈ ਜਿੱਥੇ ਯੋਗੀਆਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਸਨਿਰੰਕਾਰ ਦੇ ਨਾਲ ਜੋੜਿਆ। ਇਸ ਤਰ੍ਹਾਂ ਇਸ ਜਗ੍ਹਾ ਦਾ ਨਾਮ ਗੋਰਖ ਮਤੇ ਤੋਂ ਨਾਨਕ ਮਤਾ ਪੈ ਗਿਆ। ਇੱਥੇ ਹੀ ਗੁਰੂ ਨਾਨਕ ਪਾਤਸ਼ਾਹ ਦੀ ਚਰਚਾ ਯੋਗੀਆਂ ਦੇ ਨਾਲ ਹੋਈ, ਇੱਥੇ ਹੀ ਯੋਗੀਆਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਨਮਸਕਾਰ ਕੀਤੀ। ਇੱਥੇ ਅੱਜ ਕੱਲ੍ਹ ਵਿਸਾਖੀ ਦਾ ਬਹੁਤ ਵੱਡਾ ਮੇਲਾ ਲੱਗਦਾ ਹੈ। ਇਹ ਉਹੀ ਅਸਥਾਨ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਯੋਗੀਆਂ ਨੂੰ ਸਨਿਰੰਕਾਰ ਦੇ ਨਾਲ ਜੋੜ ਕੇ
ਯੋਗ ਮਤ ਦਾ ਉਪਦੇਸ਼ ਦਿੱਤਾ ਤੇ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੋੜਿਆ। ਪਿਆਰੇ ਬੱਚਿਓ, ਇਸ ਅਸਥਾਨ ਤੇ ਆਪਾਂ ਇਹ ਪਿੱਪਲ ਦਾ ਇੱਕ ਬਹੁਤ ਵੱਡਾ ਦਰਖਤ ਦੇਖ ਰਹੇ ਹਾਂ। ਵੇਖੋ, ਇਸ ਦਰਖਤ ਦੀਆਂ ਜੜ੍ਹਾਂ ਧਰਤੀ ਤੋਂ 5-6 ਫੁੱਟ ਉੱਪਰ ਨੇ। ਇੱਥੇ ਗੁਰੂ ਨਾਨਕ ਪਾਤਸ਼ਾਹ ਨੂੰ ਜੋਗੀਆਂ ਨੇ ਡਰਾਉਣਾ ਚਾਹਿਆ। ਇਸ ਦਰਖਤ ਦੇ ਹੀ ਥੱਲੇ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਸੁਭਾਏ ਮਾਨ ਸਨ। ਜਦੋਂ ਜੋਗੀਆਂ ਨੇ ਦੇਖਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਇਸ ਦਰਖਤ ਦੇ ਥੱਲੇ ਬੈਠੇ ਹੋਏ ਨੇ, ਜੋਗੀਆਂ ਨੇ ਆਪਣੀਆਂ ਕਰਾਮਾਤਾਂ ਦੇ ਰਾਹੀਂ, ਆਪਣੀਆਂ ਰਿੱਧੀਆਂ ਸਿੱਧਾਂ ਦੇ ਨਾਲ ਇਸ ਦਰਖਤ ਨੂੰ ਧਰਤੀ ਤੋਂ ਪੁੱਟ ਕੇ ਆਕਾਸ਼ ਦੇ ਵੱਲ ਉਡਾਉਣਾ ਚਾਹਿਆ। ਪਰ ਗੁਰੂ ਨਾਨਕ ਪਾਤਸ਼ਾਹ ਤੇ ਉਸ ਨਿਰੰਕਾਰ ਦੀ ਬਖਸ਼ਿਸ਼, ਨਿਰੰਕਾਰ ਦਾ ਰੂਪ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ, ਉਹਨਾਂ ਨੇ ਇਸ ਦਰਖਤ ਨੂੰ ਇੱਥੇ ਹੀ ਰੋਕ ਦਿੱਤਾ। ਅੱਜ ਵੀ ਇਹ ਦਰਖਤ ਸਾਡੇ ਸਾਰਿਆਂ ਦੇ ਸਾਹਮਣੇ ਵੇਖੋ, ਜਿਸ ਦੀਆਂ ਜੜ੍ਹਾਂ ਧਰਤੀ ਤੋਂ ਉੱਪਰ ਨੇ, ਇਹ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼, ਇਹ ਗੁਰੂ ਨਾਨਕ ਪਾਤਸ਼ਾਹ ਦੀ ਨਿਰੰਕਾਰੀ ਤਾਕਤ ਹੈ। ਜੋਗੀਆਂ ਨੇ ਆਪਣੀਆਂ ਰਿੱਧੀਆਂ ਸਿੱਧਿਆਂ ਦੇ ਰਾਹੀਂ ਅਨੇਕਾਂ ਇਹੋ ਜਿਹੀਆਂ ਕਰਾਮਾਤਾਂ ਇੱਥੇ ਦਿਖਾਈਆਂ, ਪਰ ਅੰਤ ਨੂੰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ ਕੋਈ ਪੇਸ਼ ਨਾ ਚੱਲੀ। ਸਾਰੀਆਂ ਕਰਾਮਾਤਾਂ ਜਦੋਂ ਖਤਮ ਹੋ ਗਈਆਂ, ਆਪਣੀਆਂ ਰਿੱਧੀਆਂ ਸਿੱਧੀਆਂ ਦੀ ਜਦੋਂ ਕੋਈ ਪੇਸ਼ ਨਾ ਚੱਲੀ, ਨਾਨਕ ਪਾਤਸ਼ਾਹ ਨੂੰ ਨਿਸ਼ਕਾਰ ਕੀਤੀ ਤੇ ਆਖਿਆ, ਨਾਨਕ ਤੇ ਕਮਾਈ ਤੂੰ ਆਜ ਧਨ ਹੋ, ਅੱਜ ਜੀਵਨ ਧਨ ਹੈ। ਅੱਜ ਇਹ ਜਿਸ ਨਾਨਕ ਪਾਤਸ਼ਾਹ ਦੀ ਤਾਕਤ ਹੈ, ਇਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਬਹੁਤ ਵੱਡੀ ਸ਼ਕਤੀ ਹੈ। ਤੇ ਜੋਗੀਆਂ ਨੇ ਇਸ ਸ਼ਕਤੀ ਨੂੰ ਨਮਸਕਾਰ ਕੀਤਾ, ਗੁਰੂ ਨਾਨਕ ਪਾਤਸ਼ਾਹ ਨੂੰ ਧਨ ਆਖਿਆ। ਇਹਨਾਂ ਸ਼ਕਤੀਆਂ ਨੂੰ ਹੀ ਦੇਖ ਕੇ ਜੋਗੀ ਨਮਸਕਾਰ ਕਰਕੇ ਜੰਗਲ ਪਹਾੜਾਂ ਵੱਲ ਨੂੰ ਚਲੇ ਗਏ ਤੇ ਇਸ ਜਗ੍ਹਾ ਦਾ ਨਾਮ ਜੋ ਪਹਿਲਾਂ ਗੋਰਖ ਮਤਾ ਸੀ, ਗੋਰਖਨਾਥ ਦੇ ਨਾਮ ਤੇ ਸੀ, ਇਸ ਦਾ ਨਾਮ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਤੇ ਨਾਨਕ ਮਤਾ ਪ੍ਰਸਿੱਧ ਹੋ ਗਿਆ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਇਸ ਨਾਨਕ ਮਤੇ ਤੋਂ ਅੱਗੇ ਚੱਲਦਿਆਂ ਹੋਇਆਂ, ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਪੂਰਬ ਦਿਸ਼ਾ ਵੱਲ ਬਨਾਰਸ ਨੂੰ ਜਾ ਰਹੇ ਸਨ, ਤਾਂ ਰਸਤੇ ਵਿੱਚ ਕੁਛ ਅੱਗੇ ਪਹਾੜਾਂ ਦੇ ਵਿੱਚ ਜਾ ਕੇ ਮਰਦਾਨੇ ਨੇ ਆਖਿਆ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਕੇਵਲ ਜੰਗਲਾਂ ਪਹਾੜਾਂ ਦੇ ਵਿੱਚ ਹੀ ਲਈ ਫਿਰਦੇ ਹੋ, ਮੈਨੂੰ ਤੇ ਬਹੁਤ ਭੁੱਖ ਲੱਗੀ ਹੈ, ਕੋਈ ਛਕਣ ਵਾਸਤੇ ਵੀ ਕੋਈ ਪਦਾਰਥ ਦੇ ਦਵੋ। ਚਲਦਿਆਂ ਚਲਦਿਆਂ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਅੱਗੇ ਪਹੁੰਚੇ ਨੇ।
ਕੀ ਦੇਖਿਆ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਜੋਗੀਆਂ ਦੇ ਇੱਕ ਡੇਰੇ ਤੇ ਪਹੁੰਚੇ ਹਨ, ਜਿੱਥੇ ਜੋਗੀਆਂ ਦਾ ਡੇਰਾ ਸੀ। ਇੱਕ ਰੀਠੇ ਦੇ ਦਰਖਤ ਦੇ ਥੱਲੇ ਜੋਗੀ ਬੈਠੇ ਹੋਏ ਨੇ, ਸੁਭਾਏ ਮਾਨ ਨੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਮਰਦਾਨਿਆ, ਇਹ ਜੋਗੀਆਂ ਦਾ ਮੱਠ ਹੈ, ਇਹਨਾਂ ਜੋਗੀਆਂ ਦੇ ਕੋਲ ਜਾਓ, ਕੁਝ ਖਾਣ ਵਾਸਤੇ ਕੋਈ ਪਦਾਰਥ ਮੰਗ ਲਵੋ। ਭਾਈ ਮਰਦਾਨਾ ਜੀ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਆਗਿਆ ਪਾ ਕੇ ਇਹਨਾਂ ਜੋਗੀਆਂ ਕੋਲ ਜਦੋਂ ਪਹੁੰਚੇ, ਆਖਿਆ, ਇਹ ਜੋਗੀ ਜਨੋ, ਮੈਨੂੰ ਤੇ ਬਹੁਤ ਭੁੱਖ ਲੱਗੀ ਹੈ, ਕੋਈ ਖਾਣ ਵਾਸਤੇ ਕੁਝ ਪਦਾਰਥ ਦੇ ਦਵੋ। ਜੋਗੀਆਂ ਨੇ ਆਖਿਆ, ਤੁਹਾਡਾ ਗੁਰੂ ਇਤਨਾ ਸਮਰੱਥ ਹੈ, ਤੁਹਾਡਾ ਗੁਰੂ ਜੇ ਬਹੁਤ ਤਾਕਤਵਰ ਹੈ, ਤੇ ਆਪਣੇ ਗੁਰੂ ਕੋਲੋਂ ਹੀ ਕੋਈ ਖਾਣ ਵਾਸਤੇ ਪਦਾਰਥ ਲੈ ਲਵੋ, ਇੱਥੇ ਮੰਗਣ ਵਾਸਤੇ ਕਿਉਂ ਆਏ ਹੋ। ਭਾਈ ਮਰਦਾਨਾ ਜੀ ਇਹ ਗੱਲ ਸੁਣ ਕੇ ਵਾਪਸ ਆਏ, ਆਖਿਆ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ, ਤੁਸੀਂ ਤੇ ਸਮਰੱਥ ਹੋ, ਆਪ ਜੀ ਹੀ ਕੋਈ ਖਾਣ ਵਾਸਤੇ ਪਦਾਰਥ ਦੇ ਦਵੋ, ਜੋਗੀਆਂ ਨੇ ਤੇ ਇਨਕਾਰ ਕਰ ਦਿੱਤਾ ਜੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਜਿਸ ਦਰਖਤ ਦੇ ਥੱਲੇ ਬੈਠੇ ਸਨ, ਉਹ ਰੀਠੇ ਦਾ ਦਰਖਤ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਮਰਦਾਨਿਆਂ, ਇਸ ਦਰਖਤ ਤੇ ਚੜ੍ਹੋ ਤੇ ਚੜ੍ਹ ਕੇ ਕਿਸੇ ਟਾਹਣੀ ਨੂੰ ਹਿਲਾ ਦੇਵੋ, ਜੋ ਫਲ ਝੜਨਗੇ ਉਹਨਾਂ ਨੂੰ ਛਕ ਲੈਣਾ। ਹੁਣ ਵੇਖੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਕਰਾਮਾਤ, ਵੇਖੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਸਖਤੀ। ਉਹ ਰੀਠੇ ਜੋ ਬਹੁਤ ਘੋੜੇ ਹੁੰਦੇ ਹਨ, ਜਿਨ੍ਹਾਂ ਨੂੰ ਮੂੰਹ ਦੇ ਵਿੱਚ ਪਾਉਣਾ ਵੀ ਬੜਾ ਔਖਾ ਜੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਮਰਦਾਨਿਆਂ, ਇਸ ਦਰਖਤ ਤੇ ਚੜ੍ਹੋ ਤੇ ਹਿਲਾ ਦੇਵੋ, ਜੋ ਵੀ ਫਲ ਝੜਨਗੇ ਉਹਨਾਂ ਨੂੰ ਛਕ ਲੈਣਾ। ਆਗਿਆ ਪਾ ਕੇ ਭਾਈ ਮਰਦਾਨਾ ਜੀ ਜਦੋਂ ਚੜ੍ਹੇ ਨੇ ਤੇ ਰੀਠਿਆਂ ਨੂੰ ਹਿਲਾਇਆ ਤੇ ਉਹ ਰੀਠੇ ਝੜੇ ਨੇ, ਭਾਈ ਮਰਦਾਨਾ ਜੀ ਨੇ ਉਹਨਾਂ ਨੂੰ ਛਕਿਆ ਤੇ ਇਤਨੇ ਸਵਾਦ, ਇਤਨੇ ਮਿੱਠੇ, ਉਹ ਛੁਆਰਿਆਂ ਵਾਂਗੂ ਮਿੱਠੇ, ਉਹ ਸ਼ਹਿਦ ਵਾਂਗੂ ਮਿੱਠੇ ਰੀਠੇ, ਜਿਨ੍ਹਾਂ ਨੂੰ ਖਾ ਸਕਣਾ ਬਹੁਤ ਔਖਾ ਸੀ, ਜੋ ਬਹੁਤ ਕੌੜੇ ਹੁੰਦੇ ਹਨ, ਪਰ ਸਤਿਗੁਰੂ ਦੀ ਬਖਸ਼ਿਸ਼ ਪਾ ਕੇ ਉਹ ਕੌੜੇ ਰੀਠੇ ਵੀ ਮਿੱਠੇ ਹੋ ਗਏ। ਪਰ ਜਿਸ ਪਾਸੇ ਉਹ ਜੋਗੀ ਬੈਠੇ ਹੋਏ ਸਨ, ਉਸ ਪਾਸੇ ਦੇ ਕੌੜੇ ਰੀਠੇ, ਜਿਨ੍ਹਾਂ ਨੂੰ ਮੂੰਹ ਦੇ ਵਿੱਚ ਪਾਉਣਾ ਵੀ ਬੜਾ ਔਖਾ ਜੇ, ਅੱਜ ਵੀ ਉਹ ਦਰਖਤ ਇਸ ਅਸਥਾਨ ਤੇ ਸੁਭਾਏ ਮਾਨ ਨੇ, ਜਿਸ ਅਸਥਾਨ ਦੇ ਆਪ ਜੀ ਬੱਚਿਓ ਦਰਸ਼ਨ ਕਰ ਰਹੇ ਹੋ, ਇਹ ਉਹੀ ਅਸਥਾਨ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਮਿੱਠੇ ਰੀਠਿਆਂ ਦਾ ਪ੍ਰਸ਼ਾਦ ਦਿੱਤਾ, ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਆਖਿਆ ਕਿ ਦਰਖਤ ਤੇ ਚੜ੍ਹੋ ਤੇ ਹਿਲਾ ਦੇਵੋ, ਤੇ ਭਾਈ ਮਰਦਾਨਾ ਜੀ ਨੇ ਉਹਨਾਂ ਮਿੱਠੇ ਰੀਠਿਆਂ ਨੂੰ ਛਕਿਆ। ਇਹ ਉਹੀ ਅਸਥਾਨ ਹੈ, ਇੱਥੇ ਹੀ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਇਹ ਮਿੱਠੇ ਰੀਠੇ ਛਕਾਏ ਸਨ। ਅੱਜ ਵੀ ਇਸ ਦਰਖਤ 'ਤੇ ਇਹ ਮਿੱਠੇ ਰੀਠੇ ਲੱਗਦੇ ਨੇ।
ਇਸ ਅਸਥਾਨ ਤੇ ਜੋ ਵੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੂੰ ਨਮਸਕਾਰ ਕਰਨ ਵਾਸਤੇ ਆਉਂਦੇ ਨੇ ਉਹਨਾਂ ਨੂੰ ਪ੍ਰਸ਼ਾਦ ਵਜੋਂ ਮਿੱਠੇ ਰੀਠਿਆਂ ਦਾ ਪ੍ਰਸ਼ਾਦ ਮਿਲਦਾ ਹੈ। ਇਹ ਸਤਿਗੁਰੂ ਦੀ ਬਖਸ਼ਿਸ਼, ਇਹ ਗੁਰੂ ਨਾਨਕ ਪਾਤਸ਼ਾਹ ਦੀ ਮਿਹਰ ਜਿਨ੍ਹਾਂ ਨੇ ਇਤਨੇ ਕੋੜੇ ਰੀਠਿਆਂ ਨੂੰ ਮਿੱਠੇ ਕਰ ਦਿੱਤਾ। ਇੱਥੇ ਹੀ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਯੋਗੀਆਂ ਨੂੰ ਇਹ ਸਮਝਾ ਦਿੱਤਾ ਕਿ ਜੇ ਉਸ ਅਕਾਲ ਪੁਰਖ ਪਰਮਾਤਮਾ ਦੀ ਬਖਸ਼ਿਸ਼ ਹੋਵੇ, ਉਸ ਨਿਰੰਕਾਰ ਦੀ ਮਿਹਰ ਹੋਵੇ ਤਾਂ ਕੋੜੇ ਪਦਾਰਥਾਂ ਨੂੰ ਵੀ ਮਿੱਠੇ ਕੀਤਾ ਜਾ ਸਕਦਾ ਹੈ। ਇਹ ਸਤਿਗੁਰੂ ਦੀ ਬਖਸ਼ਿਸ਼। ਫਿਰ ਇੱਥੇ ਯੋਗੀਆਂ ਨੇ ਨਮਸਕਾਰ ਕੀਤੀ ਗੁਰੂ ਨਾਨਕ ਪਾਤਸ਼ਾਹ ਨੂੰ, ਸਤਿਗੁਰੂ ਧੰਨ ਤੁਸੀਂ, ਉਸ ਅਕਾਲ ਪੁਰਖ ਪਰਮਾਤਮਾ ਦੀ ਬਖਸ਼ਿਸ਼ ਹੈ ਜਿਸ ਬਖਸ਼ਿਸ਼ ਦੇ ਰਾਹੀਂ ਇਹ ਰੀਠੇ ਵੀ ਮਿੱਠੇ ਹੋ ਗਏ। ਅੱਜ ਵੀ ਇਸ ਅਸਥਾਨ 'ਤੇ ਆਉਣ ਵਾਲੀਆਂ ਸੰਗਤਾਂ ਨੂੰ, ਆਉਣ ਵਾਲੇ ਦਰਸ਼ਨ ਅਭਿਲਾਖੀਆਂ ਨੂੰ ਇਹਨਾਂ ਮਿੱਠੇ ਰੀਠਿਆਂ ਦਾ ਪ੍ਰਸ਼ਾਦ ਦਿੱਤਾ ਜਾਂਦਾ ਹੈ। ਪਿਆਰੇ ਬੱਚਿਓ, ਬੋਲੋ ਸੱਚ ਨਾਮ ਕਰਤਾਰ, ਬੋਲੋ ਸੱਚ ਨਾਮ ਕਰਤਾਰ, ਬੋਲੋ ਸੱਚ ਨਾਮ ਕਰਤਾਰ, ਬੋਲੋ ਸੱਚ ਨਾਮ ਕਰਤਾਰ, ਸੱਚ ਨਾਮ ਕਰਤਾਰ, ਸੱਚ ਨਾਮ ਕਰਤਾਰ, ਸੱਚ ਨਾਮ ਕਰਤਾਰ, ਬੋਲੋ ਸੱਚ ਨਾਮ ਕਰਤਾਰ, ਬੋਲੋ ਸੱਚ ਨਾਮ ਕਰਤਾਰ, ਹੁਣ ਬਹੁੜ ਨਾ ਆਵਣ ਹਾਰ, 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 ਬੋਲੋ ਸੱਚ ਨਾਮ ਕਰਤਾਰ, ਬੋਲੋ ਸੱਚ ਨਾਮ ਕਰਤਾਰ, ਸੱਚ ਨਾਮ ਕਰਤਾਰ, ਸੱਚ ਨਾਮ ਕਰਤਾਰ, ਸੱਚ ਨਾਮ ਕਰਤਾਰ, ਬੋਲੋ ਸੱਚ ਨਾਮ ਕਰਤਾਰ, ਬੋਲੋ ਸੱਚ ਨਾਮ ਕਰਤਾਰ, ਦਿਸ਼ਟ ਬਿਕਾਰੀ ਬੰਧਨ ਬਾਂਧੇ, ਹਉ ਤਿਸ ਕੈ ਬਲ ਜਾਈ, ਬਲ ਜਾਈ, ਹਉ ਤਿਸ ਕੈ ਬਲ ਜਾਈ, ਹਉ ਤਿਸ ਕੈ ਬਲ ਜਾਈ, ਦਿਸ਼ਟ ਬਿਕਾਰੀ ਬੰਧਨ ਬਾਂਧੇ, ਹਉ ਤਿਸ ਕੈ ਬਲ ਜਾਈ, ਬੋਲੋ ਸੱਚ ਨਾਮ ਕਰਤਾਰ, ਬੋਲੋ ਸੱਚ ਨਾਮ ਕਰਤਾਰ,
ਸੱਚ ਨਾਮ ਕਰਤਾਰ, ਸੱਚ ਨਾਮ ਕਰਤਾਰ, ਸੱਚ ਨਾਮ ਕਰਤਾਰ, ਬੋਲੋ ਸੱਚ ਨਾਮ ਕਰਤਾਰ, ਬੋਲੋ ਸੱਚ ਨਾਮ ਕਰਤਾਰ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੀਵਨ ਸਾਖੀ ਜਦੋਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਹਸਨ ਅਬਦਾਲ ਪਹੁੰਚੇ ਨੇ, ਇੱਥੇ ਪਹੁੰਚ ਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਪਿੰਡ ਤੋਂ ਬਾਹਰ ਇੱਕ ਪਹਾੜੀ ਹੇਠ ਆਣ ਬੈਠੇ। ਇਸ ਪਹਾੜੀ ਦੇ ਉੱਤੇ ਇੱਕ ਵਲੀ ਕੰਧਾਰੀ ਰਹਿੰਦਾ ਸੀ, ਜਿਸ ਨੂੰ ਆਪਣੀਆਂ ਕਰਾਮਾਤਾਂ ਦਾ ਬਹੁਤ ਅਹੰਕਾਰ ਸੀ। ਇਸ ਦੇ ਪਾਸ ਹੀ ਪਹਾੜੀ ਉੱਤੇ ਇੱਕ ਪਾਣੀ ਦਾ ਚਸ਼ਮਾ ਨਿਕਲਦਾ ਸੀ। ਗੁਰੂ ਜੀ ਨੇ ਇਸ ਦਾ ਅਹੰਕਾਰ ਤੋੜਨ ਵਾਸਤੇ ਭਾਈ ਮਰਦਾਨਾ ਜੀ ਨੂੰ ਇਸ ਪਹਾੜੀ ਉੱਤੇ ਚਸ਼ਮੇ ਤੋਂ ਪਾਣੀ ਲੈਣ ਵਾਸਤੇ ਭੇਜਿਆ। ਪਹਾੜੀ ਦੇ ਉੱਪਰ ਪਹੁੰਚ ਕੇ ਭਾਈ ਮਰਦਾਨਾ ਜੀ ਨੇ ਵਲੀ ਕੰਧਾਰੀ ਦੀਆਂ ਬਹੁਤ ਮਿੰਨਤਾਂ ਕੀਤੀਆਂ, ਪਰ ਵਲੀ ਨੇ ਆਖਿਆ ਕਿ ਜੇ ਤੁਹਾਡਾ ਗੁਰੂ, ਜੇ ਤੁਹਾਡਾ ਪੀਰ ਇਤਨਾ ਸ਼ਕਤੀਮਾਨ ਹੈ ਤਾਂ ਉਹ ਆਪ ਆਪਣਾ ਨਵਾਂ ਚਸ਼ਮਾ ਕੱਢ ਕੇ ਤੁਹਾਨੂੰ ਪਾਣੀ ਦੇ ਦੇਵੇ। ਜਦੋਂ ਭਾਈ ਮਰਦਾਨਾ ਜੀ ਨੇ ਵਲੀ ਕੰਧਾਰੀ ਦੀਆਂ ਇਹ ਗੱਲਾਂ ਸੁਣੀਆਂ ਤੇ ਮਰਦਾਨਾ ਜੀ ਨੇ ਆ ਕੇ ਸਾਰੀ ਗੱਲ ਗੁਰੂ ਨਾਨਕ ਪਾਤਸ਼ਾਹ ਨੂੰ ਸੁਣਾਈ ਤਾਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਰਦਾਨਾ ਜੀ ਨੂੰ ਆਖਿਆ ਕਿ ਸਤਨਾਮ ਆਖ ਕੇ ਇੱਕ ਪੱਥਰ ਚੁੱਕ ਕੇ ਪਰੇ ਰੱਖ ਦੇਵੋ, ਕਰਤਾਲ ਤੋਂ ਪਾਣੀ ਦਾ ਚਸ਼ਮਾ ਚੱਲ ਪਵੇਗਾ। ਜਦੋਂ ਭਾਈ ਮਰਦਾਨਾ ਜੀ ਨੇ ਇੱਕ ਪੱਥਰ ਚੁੱਕਿਆ, ਪੱਥਰ ਹੇਠੋਂ ਪਾਣੀ ਦਾ ਚਸ਼ਮਾ ਨਿਕਲ ਪਿਆ ਅਤੇ ਇਸ ਦੇ ਚੱਲਣ ਨਾਲ ਹੀ ਪਹਾੜੀ ਉੱਤੇ ਜੋ ਵਲੀ ਕੰਧਾਰੇ ਦਾ ਚਸ਼ਮਾ ਸੀ ਉਹ ਬੰਦ ਹੋ ਗਿਆ। ਜਦੋਂ ਵਲੀ ਕੰਧਾਰੀ ਨੇ ਦੇਖਿਆ ਕਿ ਉਸਦਾ ਚਸ਼ਮਾ ਬੰਦ ਹੋ ਗਿਆ ਹੈ ਅਤੇ ਹੇਠਾਂ ਗੁਰੂ ਨਾਨਕ ਪਾਤਸ਼ਾਹ ਨੇ ਨਵਾਂ ਚਸ਼ਮਾ ਸ਼ੁਰੂ ਕਰ ਦਿੱਤਾ ਹੈ, ਉਸ ਦੇ ਮਨ ਦੇ ਵਿੱਚ ਬਹੁਤ ਕ੍ਰੋਧ ਆਇਆ। ਉਸਨੇ ਆਪਣੇ ਮਨ ਦੇ ਵਿੱਚ ਬੜੀ ਘਿਰਣਾ ਖਾਧੀ। ਵਲੀ ਕੰਧਾਰੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਹ ਚਸ਼ਮਾ ਬੰਦ ਕਰਨ ਵਾਸਤੇ ਉਤੋਂ ਇੱਕ ਪੱਥਰ ਰੇੜ ਦਿੱਤਾ ਕਿ ਆਪੇ ਇਸ ਪੱਥਰ ਦੇ ਹੇਠਾਂ ਆਣ ਕੇ ਮਰ ਜਾਣਗੇ ਅਤੇ ਇਹਨਾਂ ਦਾ ਚਸ਼ਮਾ ਵੀ ਬੰਦ ਹੋ ਜਾਵੇਗਾ। ਪਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਜਦ ਉਸ ਪੱਥਰ ਨੂੰ ਆਉਂਦਿਆਂ ਦੇਖਿਆ
ਤੇ ਨਿਰੰਕਾਰੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਹੱਥ ਦੇ ਪੰਜੇ ਨਾਲ ਉਸਨੂੰ ਰੋਕ ਲਿਆ। ਗੁਰੂ ਜੀ ਦੀਆਂ ਇਹ ਦੋਵੇਂ ਸ਼ਕਤੀਆਂ ਦੇਖ ਕੇ, ਪਹਿਲੀ ਸ਼ਕਤੀ ਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਨਵਾਂ ਚਸ਼ਮਾ ਪ੍ਰਗਟ ਕਰ ਦਿੱਤਾ, ਤੇ ਦੂਜੀ ਇਹ ਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਉਸ ਵੱਡੇ ਪੱਥਰ ਨੂੰ ਆਪਣੇ ਹੱਥ ਨਾਲ ਹੀ ਰੋਕ ਦਿੱਤਾ। ਇਹਨਾਂ ਕਰਾਮਾਤਾਂ ਨੂੰ ਦੇਖ ਕੇ ਬਲੀ ਕੰਧਾਰ ਇਸ ਪਹਾੜੀ ਤੋਂ ਹੇਠਾਂ ਉਤਰ ਆਇਆ ਅਤੇ ਨਿਰਮਾਨ ਹੋ ਕੇ ਗੁਰੂ ਜੀ ਤੋਂ ਉਪਮਾ ਨਾਲ ਜੋ ਭਾਈ ਮਰਦਾਨਾ ਜੀ ਨੂੰ ਬਲੀ ਕੰਧਾਰੀ ਨੇ ਅਪਸ਼ਬਦ ਆਖੇ ਸਨ, ਭੈੜੇ ਬਚਨ ਆਖੇ ਸਨ, ਆ ਕੇ ਮਾਫ਼ੀ ਮੰਗੀ, ਆਖਿਆ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਖਿਮਾ ਕਰ ਦੇਵੋ, ਮੁਆਫ਼ ਕਰ ਦੇਵੋ। ਗੁਰੂ ਜੀ ਦੇ ਹੱਥ ਲੱਗੇ ਹੋਏ ਪੰਜੇ ਵਾਲਾ ਪੱਥਰ ਜੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪੰਜੇ ਨਾਲ ਉੱਥੇ ਰੋਕ ਦਿੱਤਾ ਸੀ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਉਸ ਵਲੀ ਕੰਧਾਰੀ ਦਾ ਅਹੰਕਾਰ ਤੋੜਿਆ ਅਤੇ ਉਸਨੂੰ ਸੱਚ ਦਾ ਉਪਦੇਸ਼ ਦਿੱਤਾ। ਅੱਜ ਵੀ ਉਹ ਪੱਥਰ ਜਿਸ 'ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਹੱਥ ਦੇ ਪੰਜੇ ਦਾ ਨਿਸ਼ਾਨ ਹੈ, ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਵਿਖੇ ਦਰਸ਼ਨ ਦੇ ਰਿਹਾ ਹੈ। ਇਹ ਗੁਰਦੁਆਰਾ ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ, ਇਹ ਉਹੀ ਗੁਰਦੁਆਰਾ ਹੈ ਜਿੱਥੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਵਲੀ ਕੰਧਾਰੀ ਦਾ ਅਹੰਕਾਰ ਤੋੜਿਆ। ਇਹ ਉਹੀ ਪੱਥਰ ਹੈ ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਹੱਥ ਦੇ ਪੰਜੇ ਨਾਲ ਰੋਕਿਆ। ਇਹ ਪਿਆਰੇ ਬੱਚਿਓ, ਇਹ ਉਹੀ ਚਸ਼ਮਾ ਹੈ ਜਿਸ ਨੂੰ ਆਪ ਜੀ ਦੇਖ ਰਹੇ ਹੋ। ਇਹ ਉਹੀ ਸਵੱਛ ਨਿਰਮਲ ਜਲ ਹੈ ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਗਟ ਕੀਤਾ। ਆ ਵੇਖੋ, ਅੱਜ ਵੀ ਇਸ ਚਸ਼ਮੇ ਦੇ ਵਿੱਚੋਂ ਉਹੀ ਡਾਢਾ ਨਿਰਮਲ ਤੇ ਸਵੱਛ ਜਲ ਵਗ ਰਿਹਾ ਹੈ। ਇਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਕਿ ਇਹੋ ਜਿਹੀ ਵੱਡੀ ਸ਼ਕਤੀ ਦੇ ਨਾਲ ਇਹ ਵੱਡਾ ਕਾਰਨਾਮਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਕੀਤਾ। ਇਹ ਉਹੀ ਅਸਥਾਨ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਉਸ ਵਲੀ ਕੰਧਾਰੀ ਦੇ ਅਹੰਕਾਰ ਨੂੰ ਤੋੜ ਕੇ ਇਹ ਸਵੱਛ ਤੇ ਨਿਰਮਲ ਜਲ ਪ੍ਰਗਟ ਕੀਤਾ ਤੇ ਇਸ ਵਲੀ ਨੂੰ ਸੱਚ ਦੇ ਨਾਲ ਜੋੜਿਆ, ਉਸ ਦੇ ਜੀਵਨ ਦੇ ਵਿੱਚ ਉਹ ਅਹੰਕਾਰ ਨੂੰ ਖਤਮ ਕੀਤਾ। ਅੱਜ ਵੀ ਇਸੇ ਅਸਥਾਨ 'ਤੇ ਬੜੇ ਵੱਡੇ ਵੱਡੇ ਮੇਲੇ ਲੱਗਦੇ ਨੇ ਅਤੇ ਸੰਗਤਾਂ ਆ ਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੂੰ ਨਮਸਕਾਰ ਕਰਦੀਆਂ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਗੁਣਾਂ ਨੂੰ ਗਾਇਨ ਕਰਦੀਆਂ ਨੇ। ਇਹ ਉਹੀ ਅਸਥਾਨ ਹੈ ਜਿੱਥੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੀਆਂ ਸ਼ਕਤੀਆਂ ਨੂੰ ਨਮਸਕਾਰ ਕੀਤੀ ਜਾਂਦੀ ਹੈ। ਦੁੱਖ ਭੰਜਨ ਤੇਰਾ ਨਾਮ ਜੀ,
दुख भंजन तेरा नाम, दुख भंजन तेरा नाम। आठ पहर आराध्य पूरन सतगुर ज्ञान, पूरन सतगुर ज्ञान। दुख भंजन तेरा नाम जी, दुख भंजन तेरा नाम, दुख भंजन तेरा नाम। जित घट वसे पार ब्रह्म, सोई सुहावा था। जम कंकर नेड़ न आवही, रसना हर गुण गाऊं। सेवा सुरत न जानिया, ना जापे आराध। सेवा सुरत न जानिया, ना जापे आराध। ओट तेरी जग जीवना, मेरे ठाकुर अगम आगाध, ठाकुर अगम आगाध। दुख भंजन तेरा नाम जी, दुख भंजन तेरा नाम, दुख भंजन तेरा नाम।